ਜੀ ਪਹਿਲਾਂ ਤਾਂ ਅੰਕਲ ਜੀ ਨਾਮ ਦੱਸੋ ਆਪਣਾ ਮੇਰਾ ਨਾਮ ਰਾਮ ਸਿੰਘ ਜੀ ਕਿੱਥੇ ਜਨਮ ਹੋਇਆ ਤੁਹਾਡਾ ਜਨਮ ਮੇਰਾ ਕੜਿਆਣੀ ਚ ਹੀ ਹੋਇਆ ਏਸੀ ਪਿੰਡ ਚ ਪੈਂਦੇ ਕੀ ਕੜਿਆਣਾ ਕਿੱਥੇ ਕੇ ਅੱਜ ਦੱਸਣਾ ਹੋਵੇ ਤਾਂ ਕੜਿਆਣਾ ਸ਼ਾਮ ਜਿਹੜਾ ਸੀ ਤਾਂ ਅਨੰਦਾ ਚੌਰ ਦੋ ਕਸਵੇ ਆ ਪ੍ਰਾਣੇ ਇਹਨਾਂ ਦੇ ਸੈਂਟਰ ਚ ਪੈਂਦਾ ਬਿਲਕੁਲ ਜੀ ਜੀ ਪ੍ਰਾਣੇ ਮਸ਼ਹੂਰ ਕਸਵੇ ਆ ਹਾਂ ਜੀ ਮਸ਼ਹੂਰ ਕਸਵੇ ਆ ਜੀ ਚਲੋ ਐ ਦੱਸੋ ਸ਼ਾਮ ਜਿਹੜਾ ਸੀ ਕਿਉਂ ਮਸ਼ਹੂਰ ਸੀਗਾ ਸ਼ਾਮਕਰਾਸੀ ਵਾਰੇ ਤਾਂ ਇਹ ਹੀ ਆਪੇ ਨੰਦਾਚੌਰ ਨਾਲੋਂ ਵੀ ਪੁਰਾਣਾ ਕਸਬਾ ਜੀ ਜੀ ਤੇ ਇੱਥੇ ਮਤਲਬ ਜਿਹੜਾ ਇਹਦਾ ਨਾਂ ਸ਼ਾਮਕਰਾਸੀ ਰੱਖਿਆ ਗਿਆ ਹੈ ਇੱਥੇ ਕੋਈ 84 ਜਿਹੜੇ ਹੈਗੇ ਆ ਕੁਝ ਘੰਟੀ ਦੇ ਮਤਲਬ ਲੋਕ ਜਿਹੜੇ ਸੀਗੇ ਜੀ ਜੀ ਚੰਗੇ ਗਿਣੇ ਜਾਂਦੇ ਸੀਗੇ ਠੀਕ ਜੀ ਵਪਾਰੀ ਲੋਕ ਸੀਗੇ ਵਪਾਰ ਦਾ ਇਹ ਕੇਂਦਰ ਵੀ ਰਹਾ ਜੀ ਜੀ ਉਸ ਸਮੇਂ ਦੇ ਵਿੱਚ ਠੀਕ ਠੀਕ ਮੱਲੋ 84 ਪਿੰਡਾਂ ਦਾ ਜਾਨੀ ਕਿ ਹੈੱਡ ਕੁਆਟਰ ਇੱਥੇ ਰਿਹਾ ਹਾਂ ਹਾਂ ਮਾਲੀਆ ਮੂਲੀਆ ਤਰਦਾਰਿਆ ਮਾਲੀਆ ਮੂਲੀਆ 84 ਪਿੰਡਾਂ ਦਾ ਇੱਥੇ ਤਰਦਾਰਿਆ ਤੇ ਨੰਦਾਚੌਰ ਵੀ ਤੁਹਾਡੇ ਨੇੜੇ ਹੀ ਆ ਨੰਦਾਚੌਰ ਇਹ 6 ਕਿਲੋਮੀਟਰ ਪਿੰਡਾਂ ਸ਼ਾਮਚਰਾ ਸੀ ਤਾਂ 6 ਕਿਲੋਮੀਟਰ ਇਹ ਨੰਦਾਚੌਰ ਪਿੰਡਾ ਠੀਕ ਠੀਕ ਹਾਂ ਇਹ ਦੋਨੇ ਪਿੰਡ ਰਾਜਪੂਤ ਮੁਸਲਮਾਨਾਂ ਦੇ ਪਿੰਡ ਸਗੇ ਹਾਂਜੀ ਰਾਜਪੂਤ ਮੁਸਲਮਾਨਾਂ ਦੇ ਠੀਕ ਹੈ ਨੰਦਾਚੌਰ ਵੀ ਉਦਾਂ ਵਿੱਚ ਇੱਥੇ ਸ਼ਾਮਚਰਾ ਸੀ ਜਦਾਲਮੀ ਮੇ ਵੀ ਹਾਂ ਹੋਰ ਵੀ ਹੋਣਗੀਆਂ ਬ੍ਰਦਰੀਆਂ ਜੀ 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 ਮੈਂ ਇੱਥੇ ਹਿੰਦੂ ਘਰਾਣੇ ਬੀਚੇ ਕੋਈ ਮਤਲਬ ਜੀ ਜੀ ਹਾਂ ਤੇ ਜੇ ਕੜਿਆਣੇ ਦੇ ਆਸੇ ਪਾਸੇ ਦੇ ਪਿੰਡ ਗਿਣਨੇ ਹੋਣ ਹਾਂਜੀ ਕਿਹੜੇ ਕਿਹੜੇ ਪਿੰਡ ਲੱਕ ਦੇ ਨਾਲ ਆਸੇ ਪਾਸੇ ਦੇ ਦੇਖੋ ਜੀ ਆਪਾਂ ਆ ਨਾਰਥ ਤੋਂ ਸ਼ੁਰੂ ਕਰ ਲਈਏ ਜੀ ਤਾਂ ਫੰਬੀਆਂ ਪੰਡੋਰੀ ਫੁੰਗੂੜੇ ਜੀ ਜੀ ਧਾਮੀਆਂ ਕਲਾ ਜੀ ਜੀ ਬਬਰਾਂ ਦਾ ਪਿੰਡ ਠੀਕ ਹੈ ਜੀ ਤੇ ਅੱਗੇ ਕਲਕਟਾ ਆ ਗਿਆ ਸਾਡਾ ਗੋਤਿਆ ਕਲਕਟਾ ਜੀ ਜੀ ਕਲਕਟਾ ਤੋਂ ਅੱਗੇ ਕਾਠੇ ਅਧਿਕਾਰੇ ਜੀ ਕਾਠਿਆਂ ਅਧਿਕਾਰਿਆਂ ਦੇ ਨਾਲ ਹੀ ਚੱਕੋਵਾਲ ਜੀ ਚੱਕੋਵਾਲ ਤੋਂ ਗਾਂਹ ਸੰਦਰਾ ਆ ਜਾਂਦੀਆਂ ਇਹ ਚੱਕੋਵਾਲ ਸ਼ੇਖਾਂ ਜੀ ਨਹੀਂ ਚੱਕੋਵਾਲ ਬ੍ਰਾਹਮਣ ਚੱਕੋਵਾਲ ਬ੍ਰਾਹਮਣ ਆ ਹਾਂ ਜੀ ਠੀਕ ਹੈ ਜੀ ਤੇ ਮਤ ਇਹ 라ਉਂਡ ਪੂਰਾ ਹੋ ਗਿਆ ਆਲੇ ਦੋਲੇ ਦੇ ਪਿੰਡਾਂ ਦਾ ਤੇ ਇਹਨਾਂ ਪਿੰਡਾਂ ਦੇ ਵਿੱਚ ਮੁਸਲਮਾਨ ਆਬਾਦੀ ਕਿਹਨਾਂ ਪਿੰਡਾਂ 'ਚ ਵੱਧ ਸੀਗੀ ਮੁਸਲਮਾਨ ਆਬਾਦੀ ਜਿਹੜੀ ਸੀਗੀ ਉਹ ਲਗਭਗ ਸਾਡੇ ਪਿੰਡ 'ਚ ਜ਼ਿਆਦਾ ਸੀ ਕੜਿਆਣੀ ਚ ਹਾਂਜੀ ਤੇ ਜਿਹੜਾ ਇਹ ਕਾਠੇ ਅਧਿਕਾਰੇ ਪਿੰਡ ਆ ਹਾਂਜੀ ਇਹ ਵੀ ਬਾਦ ਚੋਂ ਆਇਆ ਪਿੰਡ ਆ ਇਤਨਾ ਜੱਦੀ ਪੁਸ਼ਤੀ ਆ ਇਹ ਇਹ ਜੱਦੀ ਪਿੰਡ ਆ ਪਹਿਲੇ ਪਹਿਲੀ ਵਸਾਉਂਦੇ ਲੋਕ ਆ ਜੀ ਜੀ ਲਗਭਗ ਸਾਰੇ ਪਿੰਡ ਇਹ ਜਿਹੜੇ ਆਲੇ ਦੁਆਲੇ ਤੁਹਾਨੂੰ ਗਿਣ ਕੇ ਦੱਸਿਆ ਮੈਂ ਜੀ ਇਹ ਸਾਰੇ ਪਹਿਲੀ ਵਸਾਉਂਦੇ ਪਿੰਡ ਆ ਠੀਕ 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 ਚਲੋ ਹੁਣ ਕੜਿਆਣੇ ਬਾਰੇ ਦੱਸੋ ਜੀ ਕੜਿਆਣੇ ਬਾਰੇ ਮਤਲਬ ਇਹ ਆ ਵੀ ਕੜਿਆਣਾ ਇਹਨਾਂ ਦੇ ਸਾਰੇ ਪਿੰਡਾਂ ਦੇ ਸੰਗਤਰ ਚ ਪੈਂਦਾ ਆ ਜੀ ਜੀ ਤੇ 47 ਦੇ ਦੌਰ ਦੀ ਜੇ ਗੱਲ ਸ਼ੁਰੂ ਕਰੀਏ ਜੀ ਤੇ ਉਸ ਵੇਲੇ ਮੇਰੀ ਉਮਰ 7 ਸਾਲ ਸੀ ਠੀਕ ਮੇਰਾ ਜਨਮ 40 ਦਾ 47 7 ਸਾਲ ਦਾ ਮੈਂ ਦੂਸਰੀ ਕਲਾਸ ਛੇ ਹੋਇਆ ਸੀਗਾ ਠੀਕ ਪੜਨ ਲੱਗ ਪਿਆ ਸੀ ਕਿੱਥੇ ਪੜਦੇ ਸੀ ਹੰਬੀਆਂ ਸਕੂਲ ਪਈ ਸਾਡੇ ਨਾਲ ਹੀ ਪਿੰਡਾਂ ਜੀ ਜੀ ਕਿ ਜੀ ਵੀ ਪ੍ਰਾਇਮਰੀ ਸਕੂਲ ਸੀਗਾ ਡਿਸਟ੍ਰਿਕਟ ਬੋਰਡ ਦੇ ਸਕੂਲ ਹੁੰਦੇ ਸੀ ਜੀ ਉਹ ਉਸ ਵੇਲੇ ਜਿਹੜੀਆਂ 47 ਦੀਆਂ ਕੁਝ ਘਟਨਾਵਾਂ ਵਾਪਰੀਆਂ ਮੈਂ ਭਾਵੇਂ ਬਚਪਨ 'ਚ ਹੀ ਛਿਗਾਤਾ ਮੇਰੀਆਂ ਅੱਖਾਂ ਸਾਹਮਣੇ ਵਾਪਰੀਆਂ ਤੇ ਉਹ ਮੈਨੂੰ ਯਾਦ ਆ। ਸਾਡੇ ਪਿੰਡ ਵਿੱਚ ਜਿਹੜੇ ਮੁਸਲਮਾਨਾਂ ਦੇ ਘਰ ਸੀਗੇ ਉਹ 47 ਦੇ ਦੌਰ 'ਚ ਜਾਣਾਂ ਨਹੀਂ ਸੀ ਚਾਹੁੰਦੇ। ਜੀ ਜੀ। ਉਹਨਾਂ ਨੂੰ ਮਤਲਬ ਫਿਰ ਜਿਹੜੇ ਹਾਲਾਤ ਵਿਗੜਦੇ ਗਏ ਵਿਗੜਦੇ ਗਏ ਵਿਗੜਦੇ ਗਏ ਉਸ ਵਜ੍ਹਾ ਦੇ ਨਾਲ ਸਾਡੇ ਪਿੰਡ ਦੇ ਪਹਿਲੇ ਪਹਿਲ ਦੋ ਮੁੰਡੇ ਗੁਜਰਾਂ ਦੇ ਬਾਹਰ ਬੱਕਰੀਆਂ ਚਾਰਨ ਗਏ ਉਹ ਮਾਰ ਦਿੱਤੇ ਗਏ। ਓਹੋ ਹੋ। ਦੇ ਉਸ ਕਰਕੇ ਫਿਰ ਜਿਹੜੇ ਸਾਡੇ ਪਿੰਡ ਦੇ ਪਰਿਵਾਰ ਸੀ ਉਹ ਨਹੀਂ ਹਿੱਲਣਾ ਸ਼ੁਰੂ ਕੀਤਾ ਨਹੀਂ ਤਾਂ ਉਹ ਜਾਣਾ ਨਹੀਂ ਸੀ ਚਾਹੁੰਦੇ ਕਿਰਿਆਣਾ ਛੱਡ ਕੇ ਪਾਕਿਸਤਾਨ ਜਾਣਾ ਨਹੀਂ ਸੀ ਚਾਹੁੰਦੇ ਜੀ ਅੰਗਲ ਜੀ ਐਂ ਦੱਸੋ ਵੀ ਜਿਹੜਾ ਇਹ ਪਿੰਡ ਸੀਗਾ 47 ਤੋਂ ਪਹਿਲਾਂ ਹਾਂ ਜੀ ਕਿਹੜੀ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਤੇ ਮੁਸਲਮਾਨਾਂ ਦੀ ਮੁਸਲਮਾਨਾਂ ਦੀਆਂ ਬਰਾਦਰੀਆਂ ਜੀ ਲਗਭਗ ਮੈਂ ਕਹਿੰਦਾ ਸਾਰੀਆਂ ਹੀ ਉਹਨਾਂ ਨੂੰ ਕਹਿ ਸਕਦੇ ਹਾਂ ਅਸੀਂ ਸਾਡੇ ਪਿੰਡ ਧੋਬੀ ਵੀ ਸੀਗੇ ਮੁਸਲਮਾਨ ਜੀ ਇੱਕ ਅਸੀਂ ਉਰਦੂ ਦਾ ਲਫ਼ਜ਼ ਸਰਵਾਨ ਉਹਨਾਂ ਨੂੰ ਉਹਦਾ ਸਰਵਾਨ ਕਹਿੰਦੇ ਸੀਗੇ ਊਠ ਰੱਖਦੇ ਸੀਗੇ ਉਹ ਜੀ ਜੀ ਉਹ ਊਠਾਂ ਦੇ ਉੱਤੇ ਸਮਾਨ ਸਮੋਨੇ ਇੱਧਰ ਉੱਧਰ ਲਿਆਉਂਦੇ ਜਾਂ ਸੀਗੇ ਜੀ ਜੀ ਤੇ ਤੇਲੀਆਂ ਦੇ ਘਰ ਵੀ ਸੀਗੇ ਸਾਡੇ ਕੋਲੂ ਲੱਗੇ ਹੁੰਦੇ ਸੀਗੇ ਉਹ ਕੋਲੂ ਵਾਲੇ ਦਾ ਨਾਮ ਚੇਤੇ ਕੋਲੂ ਵਾਲੇ ਦਾ ਹਾਂ ਇੱਕ ਦਾ ਨਾਮ ਚੇਤੇ ਆ ਸਾਧੂ ਤੇ ਇੱਕ ਇੱਕ ਦਾ ਨਾਮ ਸੀ ਫੱਜਾ ਜੀ ਜੀ ਹਾਂ ਜੀ ਠੀਕ ਉਹ ਕੋਲੂ ਵਾਲੀ ਜਗਾ ਜੇ ਹੁਣ ਲੱਭਣੀ ਹੋਵੇ ਤਾਂ ਪਛਾਣਣੀ ਹੋਵੇ ਪਛਾਣ ਲਓਗੇ ਪਿੰਡ ਦੇ ਕਿੱਥੇ ਕੀ ਹਾਂ ਹਾਂ ਮੈਨੂੰ ਪਤਾ ਪਿੰਡ ਜੇ ਕਿਹੜੇ ਕਿਹੜੇ ਥਾਂ ਸੀਗੇ ਕੋਲੂ ਵਾਹ ਜੀ ਵਾਹ ਹਾਂਜੀ ਚਲੋ ਹੋਰ ਗੁੱਜਰ ਵੀ ਸੀਗੇ ਗੁੱਜਰ ਵੀ ਸੀਗੇ ਜੀ ਸਾਡੇ ਪਿੰਡ ਫਿਰ ਮਰਾਸੀ ਵੀ ਸੀਗੇ ਗੁੱਜਰਾਂ ਦੇ ਨਾਮ ਕੁਝ ਪੰਜ ਸੱਤਾਂ ਦੇ ਗੁੱਜਰਾਂ ਦੇ ਨਾਮਾਂ ਦਾ ਇੱਕ ਦਾ ਹੀ ਮੈਨੂੰ ਬਜ਼ੁਰਗ ਦਾ ਨਾਮ ਚਿੱਤੇ ਆ ਤੇ ਬਾਕੀ ਨਹੀਂ ਕਿਉਂਕਿ ਉਹਨਾਂ ਦਾ ਬਹੁਤਾ ਬਾਹ ਨਹੀਂ ਸੀ ਪੈਂਦਾ ਜੀ 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 ਤੇ ਫੱਤਾ ਗੁੱਜਰ ਕਹਿੰਦੇ ਹੁੰਦੇ ਸੀ ਅੱਛਾ ਅੱਛਾ ਜਿਹੜੇ ਦੋ ਮੁੰਡੇ ਮਾਰੇ ਉਹਨਾਂ ਦੇ ਵੀ ਨਾਂ ਨਹੀਂ ਚਿੱਤੇ ਉਹਨਾਂ ਦੇ ਨਾਂ ਨਹੀਂ ਚਿੱਤੇ ਉਹ ਕਿੱਦਾਂ ਮਾਰੇ ਗਏ ਮੜੀ ਜੀ ਗੱਲਬਾਤ ਸੁਣਾਓ ਬੱਕਰੀਆਂ ਚਾਰਨ ਗਏ ਹੋ ਸੀ ਬਾਹਰ ਹੋ ਕਿਸੇ ਹੋਰ ਪਿੰਡ ਦੇ ਨੇ ਮਾਰ ਦਿੱਤੇ ਹਾਂਜੀ ਹੋਰ ਪਿੰਡਦਿਆਂ ਨੇ ਕਾਠਿਆਂ ਦਾ ਇੱਕ ਬੰਦਾ ਸੀ ਬਦਮਾਸ਼ ਜਿਹਾ ਜੀ 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 ਉਹਦੇ ਨਾਲ ਇੱਕ ਹੋਰ ਬੰਦਾ ਸੀ ਉਹ ਕਿਤੇ ਉਧਰੋਂ ਆ ਰਹੇ ਸੀਗੇ ਨੰਦਾਚੌਰ ਤੋਂ ਸੰਧਰਾ ਨੂੰ ਸੰਧਰਾ ਦੇ ਤੋਂ ਜਾਣਾ ਸੀ ਉਹ ਨਹੀਂ ਕਾਠਿਆਂ ਨੂੰ ਤਾਂ ਉਹ ਇਹ ਇਹ ਬੱਕਰੀਆਂ ਚਾਰਨ ਵਾਲੀ ਜਗ੍ਹਾ ਜਿਹੜੀ ਸੀ ਇਹ ਉਹਨਾਂ ਦੇ ਰਾਹ 'ਚ ਪੈ ਗਈ ਸੀ ਉਹ ਅੱਛਾ 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 ਉਹ ਉਥੇ ਬੱਕਰੀਆਂ ਚਾਰਦੇ ਸੀਗੇ ਉਹ ਕਿਸੇ ਬੰਦੇ ਨੇ ਪਤਾ ਨਹੀਂ ਗਲਤ ਬੰਦੇ ਨੇ ਕਿਸੇ ਨੇ ਇਸ਼ਾਰਾ ਕੀਤਾ ਤੇ ਇਹ ਮੁਸਲਮਾਨ ਆਏ ਗੁਜਰਾਂ ਦੇ ਲੜਕੇ ਆ ਉਹ ਉਹ ਉਹਨਾਂ ਨੇ ਤੁਰੇ ਜਾਂਦੇ ਆ ਉਹਨਾਂ ਦੇ ਕੋਲ ਹਥਿਆਰ ਸੀਗੇ ਬਰਸ਼ੀਆਂ ਉਦੋਂ ਜ਼ਿਆਦਾ ਵਰਤਦੇ ਸੀਗੇ ਉਹਨੀ ਬਰਸ਼ੀ ਮਾਰ ਕੇ ਦੋ ਹਾਂ ਮੁੰਡਿਆਂ ਦੇ ਬਰਸ਼ੀਆਂ ਮਾਰ ਕੇ ਮਾਰ ਦਿੱਤਾ ਉਹ ਗੱਲ ਤੁਹਾਨੂੰ ਉਹ ਸਮਾਂ ਤੁਹਾਨੂੰ ਯਾਦ ਹੈ ਜੀ ਹਾਂ ਜੀ ਤੇ ਪਿੰਡ ਦਾ ਸਾਰੇ ਦੇ ਵਿੱਚ ਮਜੂਸੀ ਦੀ ਲਹਿਰ ਫੈਲ ਗਈ ਬਿਲਕੁਲ ਬਿਲਕੁਲ ਸਾਡੇ ਪਿੰਡ ਨੇ ਉਹ ਗੱਲ ਚੰਗੀ ਨਹੀਂ ਸੀ ਮਨਾਈ ਔਰ ਸਿੱਖਾਂ ਨੇ ਵੀ ਅਫਸੋਸ ਕੀਤਾ ਹਾਂ ਸਿੱਖਾਂ ਨੇ ਵੀ ਇਸ ਗੱਲ 'ਤੇ ਅਫਸੋਸ ਕੀਤਾ ਸੀ ਕਿ ਇਹ ਕਿਸੇ ਨੇ ਗੱਲ ਬਹੁਤ ਮਾਰੀ ਕੀਤੀ ਹੈ ਕਿਉਂਕਿ ਸਾਡੇ ਜਿਹੜੇ ਮੁਸਲਮਾਨ ਬਰਾਦਰੀਆਂ ਜਿੰਨੀਆਂ ਵੀ ਸੀਗੀਆਂ ਉਹ ਕੋਈ ਵੀ ਮਤਲਬ ਜਾਣਾ ਨਹੀਂ ਸੀ ਚਾਹੁੰਦੇ ਛੱਡ ਕੇ ਕੜਿਆਨੇ ਨੂੰ ਜੀ 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 ਉਹ ਫਿਰ ਇਸ ਘਟਨਾ ਤੋਂ ਥੋੜੇ ਜਿਹੇ ਉਹ ਡਰ ਗਏ ਤਾਂ ਫਿਰ ਉਹ ਕੜਿਆਣਾ ਛੱਡਣ ਲਈ ਕੁਝ ਬੰਦੇ ਤਿਆਰ ਹੋ ਗਏ ਉਹਨਾਂ ਦੀਆਂ ਲਾਸ਼ਾਂ ਚੁੱਕ ਕੇ ਲਿਆਂਦੀਆਂ ਇੱਥੇ ਦਫਨਾਇਆ ਚੁੱਕ ਕੇ ਲਿਆਂਦੀਆਂ ਉਹਨਾਂ ਨੂੰ ਇੱਥੇ ਸਾਡੇ ਕਬਰਸਤਾਨਿਆਂ ਉਸੇ ਕਬਰਸਤਾਨ ਚ ਦਫਨਾਇਆ ਫਿਰ ਓਹੋ ਹਾਂਜੀ ਠੀਕ ਠੀਕ ਆ ਹੋਰ ਕੋਈ ਘਟਨਾ ਜਿਹੜੀ ਉਸ ਵੇਲੇ ਘਟੇ ਹੋਰ ਇੱਕ ਘਟਨਾ ਮੈਨੂੰ ਉਹ ਬੜੀ ਮਿਨਿਮ ਇਹਦੇ ਨਾਲ ਵੀ ਮਦਦ ਕਰਨਾ ਵਾ ਇਦਾਂ ਦੀਆਂ ਬਤ ਵਾਪਰਦੀਆਂ ਸੀ ਉਸ ਵੇਲੇ ਦੁਖਦਾਈ ਕਹਿ ਸਕਦੇ ਆ ਅੰਗਲਾਂ ਨੂੰ ਤੇ ਜਦੋਂ ਫਿਰ ਸਾਡੇ ਪਿੰਡ ਦੇ ਲੋਕ ਜਾਣ ਲਈ ਤਿਆਰ ਹੋ ਗਏ ਕੁਝ ਪਰਸੈਂਟ ਕੁਝ ਪਰਸੈਂਟ ਨਹੀਂ ਜਾਣ ਨੂੰ ਤਿਆਰ ਹੋਏ ਉਹ ਕਹਿੰਦੇ ਜੀ ਸਾਨੂੰ ਪਵਾ ਮਾਰ ਦਿਓ ਅਸੀਂ ਕਿੜਿਆਣਾ ਛੱਡ ਕੇ ਨਹੀਂ ਗਿਆ ਜੀ ਜੀ ਤੇ ਕੁਝ ਪਰਸੈਂਟ ਡਰਿਓ ਸੀਗੇ ਜਿਹੜੇ ਕਹਿੰਦੇ ਵੀ ਨਹੀਂ ਹੁਣ ਸਾਨੂੰ ਇਹ ਮਾਰਨਗੇ ਉਹ ਪਰਿਵਾਰ ਤੁਰ ਪਏ ਜੀ ਉਸ ਦਿਨ ਮੀਂਹ ਵਰ ਕੇ ਤਾਂ ਸਾਡੇ ਇਥੋਂ ਸੀ ਪਾਣੀ ਵਗਦਾ ਹੁੰਦਾ ਸੀ ਹੜ ਆਇਆ ਸੀਗਾ ਜੀ ਜੀ ਤੇ ਉਹ ਪਰਿਵਾਰ ਆਪਣਾ ਸਮਾਨ ਸਮੂਹਨ ਮਤਲਬ ਉਹਨਾਂ ਦੇ ਕੋਲ ਜਾਨਵਰ ਹੁੰਦੇ ਸੀ ਖੋਤੀਆਂ ਖੋਤੀਆਂ ਤੇ ਲੱਦ ਕੇ ਤਾਂ ਉਹ ਨੰਦਾ ਚੌਰ ਕੈਂਪ ਬਣਿਆ ਹੁੰਦਾ ਸੀਗਾ ਉਹਨਾਂ ਦੇ ਸ਼ਹਿਟਾ ਲਈ ਉਸ ਕੈਂਪ ਨੂੰ ਤੁਰ ਪਏ ਤਾਂ ਮੇਰੇ ਸਾਹਮਣੇ ਇੱਕ ਘਟਨਾ ਇਹ ਵਾਪਰੀ ਵੀ ਸਾਡੇ ਪਿੰਡ ਦੀ ਉਹ ਸਾਡੇ ਝੋਬਿਆਂ ਦੀ ਲੜਕੀ ਸੀਗੀ ਉਹ ਸੀਗੀ ਤਾਂ ਮਤਲਬ ਭੱਟੀ ਉਮਰ ਦੀ ਹੋਈ ਉਹ ਪਿੰਡ ਦੀ ਤਾਂ ਲੜਕੀ ਸੀ ਉਹ ਬਿਲਕੁਲ ਤੇ ਉਹਦੇ ਸਿਰ ਤੋਂ ਇੱਕ ਜੱਟੀ ਨੇ ਸਿਰ ਦਾ ਕਪੜਾ ਲਾ ਲਿਆ ਓਏ ਹੋਏ ਹੋਏ ਤੁਰਿਆਂ ਜਾਂਦੇ ਆਂਦੇ ਸਿਰ ਤੋਂ ਉਹਦੇਉ ਮੈਨੂੰ ਬੜਾ ਦੁੱਖ ਲੱਗਾ ਮੈਂ ਬੱਚਾ ਸੀਗਾ ਉਸ ਵੇਲੇ ਜੇ ਮੈਂ ਥੋੜਾ ਵੱਡਾ ਹੁੰਦਾ ਤਾਂ ਹੋ ਸਕਦਾ ਵੀ ਮੈਂ ਉਸ ਔਰਤ ਤੇ ਮੈਨੂੰ ਇੰਨਾ ਗੁੱਸਾ ਆਇਆ ਦੇਖ ਕੇ ਵੀ ਮੈਂ ਉਹਦੇ ਕੁਝ ਮਾਰ ਹੀ ਦਿੰਦਾ ਤੇ ਬੜੀ ਮਤਲਬ ਕਹਣੋਣੀ ਉਹ ਮੈਂ ਉਸ ਘਟਨਾ ਨੂੰ ਗਿਣਦਾ ਵੀ ਪਿੰਡ ਦੀਆਂ ਥੀਆਂ ਦੇ ਸਿਰ ਤੇ ਕਪੜਾ ਨਹੀਂ ਦਾ ਕਪੜੇ ਲਾਹੀ ਦੇ ਨੇ ਹਾਂ 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 ਇਹ ਇਹ ਇੱਕ ਅੰਗਲ ਦੀ ਗੱਲ ਦੱਸਿਓ ਹਾਂਜੀ ਉਸਔਰਤ ਦਾ ਸੀ ਨਾਂ ਨਾਂ ਵੀ ਲਈਏ ਹਾਂਜੀ ਉਹ ਤਾਂ ਜਿਉਂਦੀ ਰਹੀ ਤੁਹਾਡੇ ਸਾਹਮਣੇ ਰਹੀ ਹਾਂਜੀ ਜਦੋਂ ਤੁਸੀਂ ਉਹਨੂੰ ਦੇਖਦੇ ਸੀ ਕਿੱਦਾਂ ਦਾ ਖਿਆਲ ਆਉਂਦਾ ਸੀ ਮਨ 'ਚ ਜਦੋਂ ਵੀ ਉਹਨੂੰ ਦੇਖਦਾ ਸੀ ਮੇਰੇ ਉਹ ਤੋਂ ਮੈਨੂੰ ਨਫ਼ਰਤ ਹੋ ਗਈ ਸੀ ਕਿ ਮੈਂ ਉਹਨੂੰ ਆਪਣੇ ਨਾਂ ਆਪਣੇ ਬੁਰੇ ਇਰਾਦਿਆਂ ਨਾਲ ਤਾਂ ਨਹੀਂ ਕਹਿ ਸਕਦਾ ਗੁੱਸੇ ਨਾਲ ਮੈਂ ਦੇਖਦਾ ਸੀ ਉਹਨੂੰ ਜਦੋਂ ਵੀ ਦੇਖਦਾ ਉਹ ਉਹ ਘਟਣਾ ਮੈਨੂੰ ਉਹਨੂੰ ਦੇਖਦੇ ਸਾਰ ਚੇਤੇ ਆ ਜਾਂਦੀ ਸੀ ਬਿਨਾਂ ਆਕਮ ਗਲਤ ਕਰ ਤੁਰੇ ਜਾਂਦੇ ਨਹੀਂ ਧੂਲੇ ਚੁੰਨੀ ਹੈ ਹਾਂਜੀ ਤੁਰੇ ਜਾਂਦੇ ਇੱਕ ਲਾਲਚਬਸ ਕੋ ਚੀਜ਼ ਖੋਣੇ ਵਾਲੀ ਗੱਲ ਬਾਸ਼ਾ ਹਾਂ ਓਹੋ ਉਹ ਜੇਕਰ ਵੀ ਕੀਤਾ ਉਦਾਂ ਕੋਈ ਪੈਸੇ ਮਤਲਬ ਦੇਣੇ ਸੀਗੇ ਉਸ ਵੇਲੇ ਰੁਪਈਆ 2 ਰੁਪਏ ਵੱਡੀ ਚੀਜ਼ ਹੁੰਦੀ ਸੀਗੀ ਅੱਛਾ ਅੱਛਾ ਉਹਨੇ ਕਿਤੇ ਪਤਾ ਨਹੀਂ 2 ਰੁਪਏ ਮਤਲਬ ਲੈ ਉਹ ਹੁਣਗੇ ਉਧਾਰੇ ਉਹ ਅੱਛਾ ਉਸ ਕੁੜੀ ਨੇ ਹਾਂ ਤਾਂ ਉਹ ਕਹਿੰਦੀ ਉਹ 2 ਰੁਪਏ ਮੇਰੇ ਦੇ ਜਾ ਤੂੰ ਹੁਣ ਚੱਲ ਚਲੀ ਜਾਂ ਤੋ ਕਹਿੰਦੀ ਵੀ ਹੁਣ ਤਾਂ ਅਸੀਂ ਉੱਜੜ ਕੇ ਤੁਰੇ ਜਾਂਦੇ ਆ ਸਾਰਾ ਕੁਝ ਇੱਥੇ ਹੀ ਛੱਡ ਚੱਲੇ ਆ ਅਸੀਂ ਤੇ ਉਹਨੇ ਮਤਲਬ ਇਨੀ ਗੱਲ ਸੁਣਦੇ ਸਾਰੀ ਉਹਦਾ ਕੱਪੜਾ ਲਾ ਲਿਆ ਸਿਰ ਦਾ ਇੱਕ ਹੋਰ ਘਟਨਾ ਇੱਕ ਹੋਰ ਹਾਂਜੀ ਹੋਰ ਮਤਲਬ ਇੱਕ ਸਾਡੇ ਜਿਹੜੀ ਖਾਸ ਇੱਕ ਬੰਦੇ ਨੇ ਮੈਨੂੰ ਨੋਟ ਕਰਾਈ ਸੀਗੀ ਪਡੂਰੀ ਦੇ ਨਹੀਂ ਪਡੂਰੀ ਫੰਗੂੜੇ ਆ ਸਾਡੇ ਨਾਲ ਹੀ ਪਿੰਡ ਆ ਜੀ ਜੀ ਤੇ ਇੱਥੇ ਭਰਾਇਆਂ ਦਾ ਪਰਿਵਾਰ ਸੀ ਇੱਕੋ ਹੀ ਪਰਿਵਾਰ ਸੀ ਮੁਸਲਮਾਨਾਂ ਦਾ ਜੀ ਜੀ ਉਸ ਭਰਾਈ ਨੇ ਐਡੀ ਵੱਡੀ ਕੁਰਬਾਨੀ ਕਰ ਦਿੱਤੀ ਸੀਗੀ ਮੈਂ ਕਹਿੰਦਾ ਉਹਦੀ ਕੁਰਬਾਨੀ ਦਾ ਮੁੱਲ ਜਿਹੜਾ ਸੀਗਾ ਤਾਰਿਆਂ ਨਹੀਂ ਜਾ ਸਕਦਾ ਸੀ ਜੀ ਇੱਥੇ ਇੱਕ ਬੰਦਾ ਬਦਮਾਸ਼ ਹੀ ਪੰਡੋਰੀ ਦਾ ਦੋ ਬਦਮਾਸ਼ ਕੋਈ ਲਾਂਵਲੇ ਪਿੰਡਾਂ ਦੇ ਸੀਗੇ ਜੀ ਜੀ ਤਿੰਨਾ ਬਦਮਾਸ਼ਾਂ ਨੇ ਮਤਲਬ ਕੋਈ ਕਾਰਾ ਕੀਤਾ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਫੜਿਆ ਆ ਸੀ ਜੀ ਪੁਲਿਸ ਨੂੰ ਪੁਲਿਸ ਕਹਿੰਦੀ ਸੀ ਵੀ ਤੁਹਾਡੇ ਮਤਲਬ ਹੱਕ 'ਚ ਕੋਈ ਬੰਦਾ ਗਵਾਹੀ ਦੇਵੇ ਜੀ ਜੀ ਤਾਂ ਅਸੀਂ ਫੇਰ ਤੁਹਾਨੂੰ ਛੱਡ ਸਕਦੇ ਹਾਂ ਤਾਂ ਉਹ ਫੇਰ ਭਾਈ ਮੁਸਲਮਾਨ ਜਿਹੜਾ ਸੀਗਾ ਬਜ਼ੁਰਗ ਉਹਨੇ ਜਾ ਕੇ ਜਿੱਥੇ ਪੁਲਿਸ ਬੈਠੀ ਸੀਗੀ ਉਥੇ ਜਾ ਕੇ ਉਹਨਾਂ ਕੁਰਾਨ ਦੀ ਕਸਮ ਖਾ ਕੇ ਉਹਨਾਂ ਨੂੰ ਮਤਲਬ ਛਡਾਉਣ ਕਿਹਾ ਕਿ ਮੈਂ ਕੁਰਾਨ ਦੀ ਕਸਮ ਖਾਣਾ ਜੀ ਜੀ ਇਹ ਮਤਲਬ ਉਹ ਉਹਨਾਂ ਨੂੰ ਬਚਾਉਣ ਲਈ ਝੂਠੀ ਕਸਮ ਖਾ ਲਈ ਐਡਾ ਵੱਡਾ ਮਤਲਬ ਮੁਸਲਮਾਨ ਹੁੰਦੇ ਹੋਏ ਕੁਰਾਨ ਦੀ ਕਸਮ ਖਾ ਗਿਆ ਉਹ ਤੇ ਉਹਨਾਂ ਨੂੰ ਬਚਾਉਣ ਵਾਸਤੇ ਜੀ 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 ਉਹਨੇ ਐਡਾ ਉਹਨਾਂ ਤੇ एहसान ਕਰ ਦਿੱਤਾ ਬਾਅਦ ਵਿੱਚ ਜਦੋਂ 47 ਦਾ ਦੌਰ ਸ਼ੁਰੂ ਹੋਇਆ ਤਾਂ ਉਹਨਾਂ ਬਦਮਾਸ਼ਾਂ ਨੇ ਉਸ ਬੰਦੇ ਨੂੰ ਮਤਲਬ ਮੈਂ ਸਤਾਉਣਾ ਸ਼ੁਰੂ ਕਰ ਦਿੱਤਾ ਉਸ ਪਰਿਵਾਰ ਨੂੰ ਫਿਰਾਂ ਤਾਂ ਉਹਦੀਆਂ ਲੜਕੀਆਂ ਨੂੰ ਮਤਲਬ ਉਧਾਲਿਆ ਉਹਨਾਂ ਬਦਮਾਸ਼ਾਂ ਨੇ ਉਧਾਲਣ ਤੋਂ ਬਾਅਦ ਫਿਰ ਉਸ ਬੰਦੇ ਨੂੰ ਕਤਲ ਕਰਕੇ ਤਾਂ ਧਾਮੀਆਂ ਦੇ ਖੇਤਾਂ ਵਿੱਚ ਛੱਡ ਦਿੱਤਾ ਓਹੋ ਮਤਲਬ ਇਹ ਐਡੀ ਦੁਖਦਾਈ ਘਟਨਾ ਵਾਪਰੀ ਅਕਿਰਤ ਕਰਨ ਲੋਕ ਕੀ ਕਹਿ ਸਕਦੇ ਕਿਰਤ ਕਰਨ ਸ਼ਬਦ ਦੀ ਛੋਟਾ ਹੀ ਪੈ ਜਾਂਦਾ ਹੈ ਹਾਂਜੀ ਹਾਂਜੀ ਮੜੇ ਤੋਂ ਮੜਾ ਸ਼ਬਦ ਵੀ ਸੋਚੀ ਉਹ ਵੀ ਛੋਟਾ ਫੈ। ਹਾਂਜੀ ਇਹ ਇਹ ਇੱਕ ਮੈਂ ਦੇਖ ਸੋਚਦਾ ਹੁੰਦਾ ਆ ਵੀ ਉਸ ਬੰਦੇ ਦੀ ਕੁਰਬਾਨੀ ਦਾ ਮੁੱਲ ਜਿਹੜਾ ਤਾਰਨਾ ਚਾਹੀਦਾ ਸੀ ਉਹਦਾ ਮਤਲਬ ਉਹ ਮੁੱਲ ਤਾਰਨ ਦੀ بجائے ਉਹਨੂੰ ਉਲਟੀ ਸਜ਼ਾ ਦੇ ਦਿੱਤੀ ਤੇ ਉਹਦੀ ਕੁਰਬਾਨੀ ਜਿਹੜੀ ਸੀ ਵੀ ਉਹਨੂੰ ਝੂਠੀ ਨਹੀਂ ਮੁਸਲਮਾਨ ਕਦੀ ਕੁਰਾਨ ਦੀ ਕਸਮ ਨਹੀਂ ਖਾਂਦਾ ਸੱਚੀ ਵੀ ਨਹੀਂ ਖਾਂਦਾ ਉਹਨੂੰ ਝੂਠੀ ਕਸਮ ਖਾ ਕੇ ਉਹਨਾਂ ਨੂੰ ਛਡਾਉਣ ਦਾ ਯਤਨ ਕੀਤਾ। ਉਹ ਤੜਾ ਜਿਹੜਾ ਬਚਪਨ ਸਗਾ ਅੰਕਲ ਜੀ ਉਹ ਕਿਸ ਤਰ੍ਹਾਂ ਦਾ ਸੀ ਮੁਸਲਮਾਨਾਂ ਦੇ ਬੱਚਿਆਂ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਮੇਲ ਜੋਲ ਸੀ ਇੰਨਾ ਸੀਗਾ ਵੀ ਉਹਨਾਂ ਦੇ ਘਰ ਸਾਤੋਂ ਦੂਰ ਸੀਗੇ ਜੀ ਜੀ ਤੇ ਮੈਂ ਉਹਦਾ ਉਹਨਾਂ ਦਾ ਹੁਣ ਵੀ ਮਨ ਦੇ ਵਿੱਚ ਸਤਿਕਾਰ ਕਰਦਾ ਹੁੰਨਾ ਮੈਂ ਇੱਕ ਗੱਲ ਇਹ ਸੋਚਦਾ ਹੁੰਨਾ ਵੀ ਉਹ ਜਿਹੜਾ ਵਿਕਤ ਸੀ ਕੀ ਉਹ ਮੁੜ ਕੇ ਵਿਆਹ ਸਕਦਾ ਇੰਨਾ ਸੋਹਣਾ ਵਕਤ ਉਸ ਵਕਤ ਨੂੰ ਮੈਂ ਬਿਆਨ ਇਦਾਂ ਕਰਦਾ ਤੁਹਾਨੂੰ ਦੱਸਦਾ ਜੀ ਜਿਹੜੇ ਘਰ ਹੁੰਦੇ ਸੀਗੇ ਗੁਜਰਾਂ ਦੇ ਜੀ ਜੀ ਉਹ ਮੁੰਡਿਆਂ ਨੇ ਹੁਣ ਇਹ ਕਹਿਣਾ ਵੀ ਬਈ ਕਾਕਾ ਸਾਡੇ ਤੁਸੀਂ ਉਧਰ ਜੇ ਖੇਤਾਂ ਲਗਾਏ ਤਾਂ ਛਾਪੇ ਵੱਢਿਆਓ ਉਨੀ ਛਾਪੇ ਵੱਢ ਕੇ ਆ ਕੇ ਘਰ ਦੱਸ ਦੇਣਾ ਤਾਂ ਆ ਜਾਂ ਚਾਚਾ ਕਹਿਣਾ ਵੀ ਅਸੀਂ ਛਾਪੇ ਵੱਢਿਆ ਤਾਂ ਗੱਡਾ ਲੈ ਕੇ ਚੱਕ ਲਿਆਓ ਮਤਲਬ ਐਦਾਂ ਦੀਆਂ ਪ੍ਰੇਮ ਭਾਵਨਾਵਾਂ ਦੇ ਨਾਲ ਰਹਿੰਦੇ ਸੀਗੇ ਸਤਕਾਰ ਕਰਦੇ ਸੀ ਇੱਕ ਦੂਜੇ ਦਾ ਜਿਹੜੇ ਸਾਡੇ ਧੋਬੇ ਸੀਗੇ ਉਨੀ ਸਾਡੇ ਘਰੋਂ ਕੱਪੜੇ ਲੈ ਆਉਣੇ ਘਰ ਤਾਂ ਐਕਸਪ੍ਰੈਸ ਕਰਕੇ ਧੋ ਕੇ ਘਰੇ ਹੀ ਦੇ ਕੇ ਜਾਣੇ ਜੀ ਜੀ ਆਪ ਕੋਈ ਤਕਲੀਫ ਨਹੀਂ ਸੀ ਕਰਨੀ ਪੈਂਦੀ ਜੀ ਕਿ ਇਹੇ ਇਸੇ ਤਰ੍ਹਾਂ ਜਿਹੜੇ ਸਾਡੇ ਤੇਲੀ ਸੀਗੇ ਜੀ ਉਹਨੇ ਸਾਡੇ ਘਰੋਂ ਸਰੋਂ ਲੈ ਜਾਣੀ ਤੇਲ ਵਾਲਾ ਭਾਂਡਾ ਵੀ ਕਹਿਣਾ ਦੇ ਦਿਓ ਜੀ ਤੇ ਮਤਲਬ ਜੇ ਪਾਂਚੀ ਤੇ ਸਰੋਂ ਪਾਈਓ ਹੁੰਦੀ ਸੀ ਉਹ ਵੀ ਹੁਣੇ ਲੈ ਲੈਣਾ ਕੱਪੜਾ ਜਾਂ ਬੋਰਾ ਜੀ 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 ਜਿਹੜੀ ਖਾਲ ਹੁੰਦੀ ਸੀ ਖਾਲ ਉਸ ਕੱਪੜੇ ਬੋਰੇ ਚ ਪਾ ਦੇਣੀ ਭਾਂਡੇ ਚ ਤੇਲ ਪਾ ਕੇ ਤੇਲ ਕੱਢ ਕੇ ਉਹ ਵੀ ਘਰ ਫੜਾ ਕੇ ਜਾਣਾ ਓਹ ਮੈਂ ਇਹ ਸੋਚਦਾ ਹਾਂ ਨਾ ਕਿ ਹੁਣ ਇਹ ਉਹ ਸਮਾਂ ਮੁੜ ਕੇ ਆ ਸਕਦਾ ਇਦਾਂ ਦਾ ਸਮਾਂ ਵੀ ਜਿਹੜਾ ਸੀ ਉਹ ਆ ਬਚਾਰਾ ਹਾਂ ਹਾਂ ਕਿੰਨਾ ਮਤਲਬ ਓਹ ਵਧੀਆ ਸਗਾ ਸਮਾਂ ਜਿਹੜਾ ਕਿ ਉਹ ਸਾਡੇ ਸਾਰੇ ਕੰਮ ਕਰਕੇ ਘਰੋਂ ਹੀ ਕੀ ਜਲੀ ਆ ਕੇ ਘਰ ਹੀ ਮੁੜ ਕੇ ਦੇਣ ਆਉਂਦੇ ਸੀਗੇ ਇੰਨਾ ਸਤਕਾਰ ਇੰਨਾ ਪਿਆਰ ਰੱਖਦੇ ਸੀਗੇ ਬशीर अहमद ਉਹ ਵੇਲਾ ਜਿਹੜਾ ਆ ਉਹ ਹੁਣ ਨਹੀਂ ਆ ਸਕਦਾ ਅੱਛਾ ਜੀ ਉਹ ਜਦੋਂ ਤੁਰ ਗਏ ਸਾਰੇ ਹਾਂਜੀ ਉਹ ਦਿਨ ਤੁਹਾਨੂੰ ਯਾਦ ਹੈ ਜਦੋਂ ਸਾਰੇ ਤੁਰੇ ਸਾਰੇ ਨਹੀਂ ਗਏ ਬਹੁਤ ਸਾਰੇ ਮਤਲਬ ਉਹ ਮਹੀਨਾ ਜਿਹੜਾ ਸੀਗਾ ਅਗਸਤ ਦਾ ਮਹੀਨਾ ਸੀਗਾ ਜੀ ਜੀ ਤੇ ਮੀਂਹ ਵਰਿਆ ਸੀ بارش ਹੋਈ ਹੋਈ ਸੀ ਜਿਸ ਵੇਲੇ ਉਹ ਆਪਣੇ ਨੰਦਾ ਚੌੜ ਦੇ ਕੈਂਪ ਨੂੰ ਨਿਕਲੇ ਆ ਪਿੰਡ ਦੇ ਛੱਡ ਕੇ ਆਏ ਪਿੰਡ ਦੇ ਲੋਕ ਨਹੀਂ ਗਏ ਉਹ ਅੱਛਾ ਪਿੰਡ ਦੇ ਲੋਕ ਨਹੀਂ ਛੱਡਣ ਗਏ ਕਿਉਂਕਿ ਲੋਕਾਂ ਨਾ ਲੁੱਟਿਆ ਨਾ ਮਾਰਿਆ ਨਾ ਛੱਡਣ ਗਏ ਮਾਰਿਆ ਨਹੀਂ ਉਹਨਾਂ ਨੂੰ ਤੇ ਮਤਲਬ ਇੰਨਾ ਆ ਕਿ ਉਹ ਆਪਣੇ ਖੂਤੀਆਂ ਤੇ ਪਰਿਵਾਰ ਲੱਦ ਕੇ ਕਪੜੇ ਲੀੜਾ ਲੱਦ ਕੇ ਜਿੰਨਾ ਵੀ ਲਿਆ ਉਹਦਾ ਮਿਲ ਕੇ ਗਏ ਉਹ ਆਪਣੇ ਮੇਰੇ ਨਾਲ ਸੇ ਉਹਨਾਂ ਕੋ ਮਤਲਬ ਉਸ ਵੇਲੇ ਉਹ ਮੰਨ ਨਹੀਂ ਸੀ ਰਿਹਾ ਮੈਂ ਵਾਲਾ ਲੋਕਿ ਲੋਕਾਂ ਨੇ ਮਤਲਬ ਉਹਨਾਂ ਨੂੰ ਸਤਾ ਦਿੱਤਾ ਸੀ ਜਿਹੜੇ ਜਿਹੜੇ ਮੁੰਡੇ ਮਾਰੇ ਨਾ ਹਾਂ ਉਹ ਜਿਹੜੀ ਪਹਿਲ ਕੀਤੀ ਜਿਹੜੀ ਉਹ ਗੁੱਜਰਾਂ ਦੇ ਮੁੰਡੇ ਮਾਰੇ ਉੱਥੋਂ ਉਹਨਾਂ ਦਾ ਮਨ ਜਿਹੜਾ ਸੀ ਉਹ ਖੜ ਗਿਆ ਪ੍ਰੇਮ ਭਾਵਨਾਵਾਂ ਖਤਮ ਹੋ ਗਈਆਂ ਜੀ ਜੀ ਤੇ ਕੋਈ ਪਰਿਵਾਰ ਰਿਹਾ ਵੀ ਫਿਰ ਇੱਥੇ ਹਾਂ ਪਰਿਵਾਰ ਹਜੇ ਹੁਣ ਹੈਗੇ ਆ ਹੁਣ ਵੀ ਰਹਿ ਰਹੇ ਆ ਜੀ ਭਰਾਇਆਂ ਦੇ ਪਰਿਵਾਰ ਮਰਾਸੀਆਂ ਦੇ ਪਰਿਵਾਰ ਇਹ ਪਰਿਵਾਰ ਹੈਗੇ ਆ ਕੀ ਨਾਮ ਸੀ ਜਿਹੜੇ ਰਹਿ ਗਏ ਜਿਹੜੇ ਰਹਿ ਗਏ ਉਹਨਾਂ ਦਾ ਜਿਹੜਾ ਭਰਾਇਆਂ ਦਾ ਬਜ਼ੁਰਗ ਸੀਗਾ ਉਹਦਾ ਨਾਮ ਸੀ ਮੇਲਾ ਵੱਡਾ ਬਜ਼ੁਰਗ ਸੀ ਉਹਨਾਂ ਦਾ ਜੀ ਜੀ ਮੇਲੇ ਦੇ ਦੋ ਪੁੱਤ ਸੀ ਖੈਰਦੀਨ ਤੇ ਦੋਲਾ ਜੀ ਜੀ ਉਹ ਪਾਚੀ ਤੇ ਪਰਿਵਾਰ ਰਹੇ ਆ ਉਹ ਫੇ ਬਾਜਾ ਵਜਾਉਣ ਦਾ ਕੰਮ ਕਰਦੇ ਸੀ ਤੇ ਸਾਡੇ ਮਰਾਸੀ ਪਰਿਵਾਰ ਸੀ ਉਹ ਵੀ ਬਾਜਾ ਵਜਾਉਣ ਦਾ ਕੰਮ ਕਰਦੇ ਸੀਗੇ ਜੀ ਜੀ ਦੋ ਗਰੁੱਪ ਸੀਗੇ ਸਾਡੇ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ 'ਚ ਦੂਰ ਦੂਰ ਤਾਈਂ ਬਾਜੇ ਲਈ ਮਸ਼ਹੂਰ ਸੀਗੇ ਦੂਰ ਦੂਰ ਤਾਈਂ ਬਾਜਾ ਲੈ ਕੇ ਜਾਂਦੇ ਹੁੰਦੇ ਸੀਗੇ ਇਹ ਦੋਵੇਂ ਗਰੁੱਪ ਜਿਹੜੇ ਸੀਗੇ ਜੀ 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 ਕਿਸ ਤਰ੍ਹਾਂ ਦਾ ਬਾਅਦ ਚ ਮਿਲ ਜੁਲ ਰਿਹਾ ਇਹਨਾਂ ਨਾਲ ਤੁਹਾਡਾ ਬਾਲਦਾ ਹੁਣ ਬਾਅਦ ਚ ਹੁਣ ਤਾਂ ਆਪਸ ਵਿੱਚ ਹੀ ਹੁਣ ਮੁੰਡੇ ਸਾਨੂੰ ਆਪਣੇ ਵਿਆਹਾਂ ਸ਼ਾਦੀਆਂ 'ਚ ਕੋਈ ਫੰਕਸ਼ਨ ਹੁੰਦਾ ਆ ਕੋਈ ਵੀ ਹੁਣ ਸੱਜਦੇ ਆ ਸਤਿਕਾਰ ਕਰਦੇ ਆ ਅਸੀਂ ਵੀ ਉਹਨਾਂ ਦੇ ਨਾਲ ਮਤਲਬ ਪਿਆਰ ਕਰਦੇ ਆ ਉਹਨਾਂ ਨੂੰ ਸੱਦੀਦਾ ਆ ਆਪਣੇ ਤੇ ਹੁਣ ਤਾਂ ਉਹ ਮੁੜ ਕੇ ਜਿਹੜਾ ਰਹਿਣ ਬਹਿਣ ਆ ਉਹ ਮੁੜ ਕੇ ਭਰਾਵਾਂ ਵਾਲੇ ਬਣ ਗਿਆ ਆ ਈ ਤੁਹਾਡਾ دوست ਵੀ ਸੀ ਨਾ ਜ ਕੋਈ ਮੇਰਾ ਦੋਸਤ 시ਗਾ ਜੀ ਬशीर अहमद ਮੇਤੋਂ ਉਮਰ ਚ ਵੜਾ ਸੀ ਜੀ ਜੀ ਤੇ ਉਹ ਬਹੁਤ ਵਧੀਆ ਬਹੁਤ ਇਮਾਨਦਾਰ ਤੇ ਬਹੁਤ ਚੰਗੀ ਸੋਚ ਵਾਲਾ ਬੰਦਾ ਸੀਗਾ ਉਹ ਸਰੀਆਲੇ ਸਕੂਲ ਵਿੱਚ ਪੜਦਾ ਸੀਗਾ ਉਸ ਵੇਲੇ 47 ਦੇ ਦੌਰ ਚ ਉਹਦੀ ਪੜਾਈ ਜਿਹੜੀ ਸੀ ਖੁੱਸ ਗਈ ਅੱਛਾ ਜੀ ਤੇ ਉਹ ਫੁੱਟਬਾਲ ਦਾ ਇੰਨਾ ਵਧੀਆ ਪਲੇਅਰ ਸੀਗਾ ਜੇ ਕਿਤੇ ਮਤਲਬ 47 ਦਾ ਦੌਰ ਨਾ ਹੁੰਦਾ ਤਾਂ ਉਹ ਹਿੰਦੁਸਤਾਨ ਦਾ ਨਾਮ ਜਾਗਰ ਕਰਨ ਵਾਲਾ ਫੁੱਟਬਾਲ ਇਸ ਤਰ੍ਹਾਂ ਜਿਹੜਾ ਮਲਪੁਰ ਕੋਲ ਆ ਇਹ ਨਹੀਂ ਆਸਰੀਆ ਸਰਾ ਮੁੰਡੀਆਂ ਮੁੰਡੀਆਂ ਅੱਛਾ 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 ਤੇ ਇਹਨਾਂ ਵਧੀਆ ਪਲੇਅਰ ਸਿਗਾ ਔਰ ਬਹੁਤ ਇਮਾਨਦਾਰ ਬੰਦਾ ਸਿਗਾ ਫੇਰ ਉਹਦਾ ਜਦੋਂ ਮੇਰੇ ਨਾਲ ਹੁਣ ਅਖੀਰਲੇ ਟਾਈਮ 'ਚ ਵੀ ਮੇਰੇ ਨਾਲ ਉਹਦਾ ਤਾਲਮੇਲ ਇਦਾਂ ਹੋ ਗਿਆ ਜਿਆਦਾ ਕਿ ਪਾਰਟੀ ਤੌਰ ਤੇ ਮੇਰੇ ਨਾਲ ਜੁੜ ਗਿਆ ਉਹ ਜੀ 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 ਤੇ ਉਹ ਜਿੱਥੇ ਵੀ ਅਸੀਂ ਮਜ਼ਹਰਾ ਕਰਨ ਜਾਣਾ ਹੁੰਦਾ ਸੀਗਾ ਉਹ ਮੇਰੇ ਨਾਲ ਤੁਰਦਾ ਸੀ ਉਸ ਵੇਲੇ ਖਾਸ ਗੱਲ ਇਹ ਸੀ ਕਿ ਅੱਤਵਾਦ ਦਾ ਦੌਰ ਚੱਲਦਾ ਸੀ ਜੀ ਜੀ ਉਹ ਇਸ ਗੱਲ ਤੋਂ ਡਰਿਆ ਨਹੀਂ ਆ ਠੀਕ ਹੈ ਉਹਨਾਂ ਨੂੰ ਲੋਕਾਂ ਨੇ ਡਰਾਇਆ ਵੀ ਉਹਨੂੰ ਜੀ ਜੀ ਪਰ ਇਹਦੇ ਨਾਲ ਝੰਡਾ ਫੜ ਕੇ ਤੁਰ ਪੈਣਾ ਆ ਅੱਤਵਾਦ ਦਾ ਦੌਰ ਆ ਤੇ ਟਾਈਮ ਮੌਤ ਖਰੀਦੀ ਹੋ ਆ ਉਹ ਕਹਿੰਦਾ ਹਾਂ ਮੈਂ ਮੌਤ ਖਰੀਦੀ ਹੋ ਮੈਂ ਇਹਦੇ ਨਾਲ ਹੀ ਮਰਨਾ ਇਸ ਬੰਦੇ ਦੇ ਠੀਕ ਹੈ ਉਹ ਮਰਾਂਗੇ ਇਕੱਠੇ ਮਰਾਂਗੇ अच्छा अच्छा जी, जी. वो आतंकवाद ਦੇ ਦੌਰ ਵਿੱਚ ਮਤਲਬ ਮੇਰੇ ਨਾਲ ਨਾਲ ਚੱਲਦਾ ਰਿਹਾ ਪਾਰਟੀ ਦੇ ਕੰਮਾਂ ਲਈ ਤਾਂ ਇਸ ਕਰਕੇ ਪਾਰਟੀ ਨੇ ਉਹਨੂੰ ਬਹੁਤ ਛੇਤੀ ਮੈਂਬਰ ਲੈ ਲਿਆ ਪਾਰਟੀ ਦਾ ਨਹੀਂ ਸਾਡੀ ਪਾਰਟੀ ਕਿਸੇ ਨੂੰ ਛੇਤੀ ਕੀਤੇ ਮੈਂਬਰ ਨਹੀਂ ਲੈਂਦੀ ਜੀ ਜੀ ਤੇ ਉਹਨੂੰ ਕਹਿਣ ਲੱਗੇ ਭਈ ਬशीर अहमद ਨੇ ਬਹੁਤ ਕੁਰਬਾਨੀ ਵੀ ਦਿਖਾ ਲਈਆ ਤੇਰੇ ਨਾਲ ਝੰਡਾ ਫੜ ਕੇ ਤੁਰਿਆ ਰਿਹਾ ਕਿ ਇਹਨੂੰ ਹੁਣ ਮਤਲਬ ਪਾਰਟੀ ਦੇ ਮੈਂਬਰ ਲੈ ਤੋ ਉਹ ਉਹ ਮਰਾਸੀ ਪਰਿਵਾਰ ਚੋਂ ਸੀਗੀ ਅ ਮਰਾਸੀ ਪਰਿਵਾਰ ਕੋਈ ਗਾਉਣ ਵਜਾਉਣ ਦਾ ਸ਼ੌਂਕ ਸੀਗਾ ਉਹਨਾਂ ਨੂੰ ਉਹ ਉਹ ਜੀ ਕਲਾਣ ਵਜਾਉਂਦਾ ਸੀ ਬਹੁਤ ਵਧੀਆ ਅੱਛਾ ਹਾਂਜੀ ਬਾਕੀ ਰਾਗ ਵਿਦਿਆ ਬਹੁਤ ਜਾਣਦੇ ਸੀਗੇ ਬਾਕੀ ਇਸਲਾਮ ਬਾਰੇ ਉਹ ਇੰਨਾ ਕੁਝ ਵਧੀਆ ਢੰਗ ਨਾਲ ਬਿਆਨ ਕਰਕੇ ਮੈਨੂੰ ਦੱਸਦੇ ਹੁੰਦੇ ਸੀ ਕਿ ਜਿੰਨਾ ਉਹਨਾਂ ਮੌਲਵੀਆਂ ਨੂੰ ਨਹੀਂ ਗਿਆਨ ਜਿੰਨਾ ਉਹਨਾਂ ਨੂੰ ਗਿਆਨ ਸੀ ਵਾਹ ਜੀ ਵਾਹ ਹਾਂਜੀ ਔਰ ਮੈਨੂੰ ਉਹ ਕਦੀ ਕਦੀ ਉਹਦੇ ਬਾਰੇ ਉਹ ਗਿਆਨ ਉਹ ਨਹੀਂ ਮੈਨੂੰ ਦਿੱਤਾ ਆ ਅੱਛਾ ਉਹ ਨਾਲ ਸੀਗਾ ਹਾਂਜੀ ਵਾਹ ਜੀ ਵਾਹ ਮੈਂ ਉਹਨਾਂ ਤੋਂ ਉਹ ਜਿਹੜਾ ਉਹ ਮੈਨੂੰ ਨਹੀਂ ਇਸਲਾਮ ਬਾਰੇ ਦੱਸਦੇ ਰਹੇ ਮੈਂ ਉਹਨੂੰ ਸੁਣ ਕੇ ਬੜਾ ਖੁਸ਼ ਹੁੰਨਾ ਉਹਦੇ ਉਹਦੇ ਸਾਰੇ ਸੈਂਟੀਫਿਕ ਆਧਾਰ ਆ ਜੀ 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 ਧਾਰਮਿਕ ਆਧਾਰ ਤਾਂ ਹੈ ਹੀ ਹੈ ਲੇਕਿਨ ਜ਼ਿਆਦਾ ਉਹਦੇ ਚ ਸੈਂਟੀਫਿਕ ਆਧਾਰ ਹੁੰਦੇ ਜੀ ਜੀ ਇਹ ਗੱਲ ਹੋ ਦੱਸਿਓ ਹਾਂਜੀ ਇਹ ਜਿਹੜੇ ਪਰਿਵਾਰ ਰਹਿ ਗਏ ਇਹਨਾਂ ਦੇ ਬਹੁਤੇ ਰਿਸ਼ਤੇਦਾਰ ਤਾਂ ਉਧਰ ਚਲ ਗਏ ਹੋਣਗੇ ਹਾਂਜੀ ਇਹ ਬशीर अहमद ਖੋਣੀ ਜਿਹੜੇ ਸੀਗੇ ਹਾਂਜੀ ਹਾਂਜੀ ਇਹਨਾਂ ਦੇ ਵੀ ਕੋਈ ਰਿਸ਼ਤੇਦਾਰ ਉਧਰ ਚਲ ਗਏ ਸੀ ਬशीर अहमद ਹੋਣਾ ਦੇ ਪਰਿਵਾਰ ਚੋਂ ਨਹੀਂ ਕੋਈ ਗਿਆ ਕੀ ਕੋਈ ਬੰਦੇ ਦੀਆਂ ਦੂਰ ਤੱਕ ਰਿਸ਼ਤੇਦਾਰੀਆਂ ਹੁੰਦੀਆਂ ਆ ਰਿਸ਼ਤੇਦਾਰੀਆਂ ਤਾਂ ਹੁੰਦੀਆਂ ਰਿਸ਼ਤੇਦਾਰਾਂ ਚੋਂ ਤਾਂ ਕੋਈ ਗਿਆ ਹੋਊਗਾ ਲੇਕਿਨ ਇੱਥੋਂ ਇਹਨਾਂ ਦੇ ਪਰਿਵਾਰ ਚੋਂ ਕੋਈ ਮੈਂਬਰ ਨਹੀਂ ਗਿਆ ਕੋਈ ਮਿਲਣ ਆਇਆ ਦੁਵਾਰਾ ਇਸਪਿੰਡ ਚ ਹਾਂ ਆਉਂਦੇ ਰਹੇ ਆ ਉਹਨਾਂ ਬਾਰੇ ਵੀ ਦੱਸੋ ਜੀ ਉਹਨਾਂ ਵਾਰੇ ਭਰਾਇਆਂ ਦੇ ਪਰਿਵਾਰ ਚੋਂ ਇੱਕ ਮੁੰਡਾ ਆਉਂਦਾ ਰਿਹਾ ਤੇ ਉਹ ਉਹ ਤੋਂ ਬਾਅਦ ਇੱਕ ਦੋ ਵਾਰੀ ਉਹਦੇ ਨਾਲ ਹੋਰ ਦੋ ਦੋ ਚਾਰ ਬੰਦੇ ਵੀ ਆਏ ਆ ਜੀ ਜੀ ਤੇ ਇੱਕ ਮੁੰਡਾ ਮਰਾਸੀਆਂ ਦਾ ਚਲਾ ਗਿਆ ਸੀਗਾ ਉਧਰ ਉਹਨੇ ਮੁੜ ਕੇ ਆਇਆ ਜੀ ਜੀ ਇਹ ਜਿਹੜਾ ਭਰਾਇਆਂ ਦੇ ਪਰਿਵਾਰ ਚੋਂ ਸੀਗੇ ਮੁੰਡੇ ਜਿਹੜੇ ਬੰਦਾ ਸੀਗਾ ਉਹ ਆਉਂਦੇ ਰਹੇ ਆ ਜੀ ਜੀ ਕੀ ਦੱਸਦੇ ਕਿਹੜੇ ਪਿੰਡ ਜਾ ਕੇ ਡੇਰਾ ਲਾਇਆ ਇਹ ਉਹਨਾਂ ਨਾਲ ਬਹਿ ਕੇ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਇਹ ਪੁੱਛ ਕੇ ਨਹੀਂ ਹੋਈ ਜੀ ਜੀ ਉਹਦਾ ਦਵਾ ਸਲਾਮ ਜਰੂਰ ਉਹਨਾਂ ਨਾਲ ਹੋਈ ਆ ਲੇਕਿਨ ਇਹ ਨਹੀਂ ਪੁੱਛ ਕੇ ਹੋਈ ਵੀ ਤੁਸੀਂ ਕਿਹੜੇ ਪਿੰਡ ਕਿਹੜੇ ਚੱਕ ਤੇ ਰਹਿੰਦੇ ਆ ਜਾਂ ਕਿੱਧਰ ਰਹਿੰਦੇ ਆ ਜੀ 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 ਹਾਂ ਤੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਕੋਈ ਹੋਰ ਵੀ ਕਾਫਲੇ ਜਾਂਦੇ ਦੇਖੇ ਹੋਰ ਕਹਾਵਲਾਂ ਨਹੀਂ ਜਾਂਦਾ ਦੇਖਿਆ ਕਿਉਂਕਿ ਮੇਰੀ ਉਮਰ ਜਿਹੜੀ ਸੀ ਛੋਟੀ ਸੀ 7 ਸਾਲ ਚਲੋ ਐਂ ਦੱਸੋ ਫੰਬੀਆਂ ਜਦੋਂ ਤੁਸੀਂ ਪੜ੍ਹਦੇ ਸੀਗੇ ਹਾਂਜੀ ਤੁਹਾਡੇ ਨਾਲ ਮੁਸਲਮ ਬੱਚੇ ਪੜ੍ਹਦੇ ਸੀ ਹਾਂ ਮੁਸਲਮ ਬੱਚੇ ਪੜ੍ਹਦੇ ਸੀ ਸਾਡੇ ਉਸਤਾਦ ਜਿਹੜੇ ਪੜਾਉਣ ਵਾਲੇ ਟੀਚਰ ਸੀਗੇ ਉਹ ਮੁਸਲਮ ਤਿੰਨੇ ਤਿੰਨ ਟੀਚਰ ਚਾਰ ਜਮਾਤਾਂ ਨੂੰ ਪੜਾਉਂਦੇ ਸੀ ਉਦੋਂ ਪ੍ਰਾਇਮਰੀ ਜਮਾਤ ਜਿਹੜੀ ਚਾਰ ਜਮਾਤਾਂ ਦੀ ਹੁੰਦੀ ਸੀ ਜੀ ਜੀ ਤੇ ਉਹ ਤਿੰਨੇ ਟੀਚਰ ਪੜਾਉਂਦੇ ਸੀ ਸਾਨੂੰ ਚਾਰਾਂ ਜਮਾਤਾਂ ਨੂੰ ਤਿੰਨੇ ਹੀ ਮੁਸਲਮ ਇਹ ਨਾਮ ਅਸਲਾਮ ਨਾਲ ਸੰਬੰਧ ਰੱਖਦੇ ਸੀ ਕੀ ਨਾਮ ਚਿੱਤੇ ਜੀ ਨਾਮ ਉਹਨਾਂ ਦਾ ਇਹ ਮੈਨੂੰ ਨਾਮ ਕਿਤੇ ਤਾਂ ਸੀਗੇ ਪਰ ਕਿਤੇ ਹੁਣ ਕਰਕੇ ਯਾਦ ਨਹੀਂ ਆਏ ਇਹ ਪਿੰਡ ਪਿੰਡ ਦੱਸ ਦੋ ਪਿੰਡ ਉਹਨਾਂ ਦਾ ਇੱਕ ਤਾਂ ਬੇਗੰਪੁਰ ਸ਼ੰਡੇ ਵਾਲੇ ਤੋਂ ਸੀਗੇ ਜੀ ਇੱਕ ਟੀਚਰ ਸਗੇ ਕਾਲੂਵਾਰ ਤੋਂ ਜੀ ਇੱਕ ਸੀਗੇ ਸੀਨੀਅਰ ਟੀਚਰ ਬਰਿਆਲ ਤੋਂ ਬਰਿਆਲ ਹਾਂਜੀ ਠੀਕ ਠੀਕ ਜਿਹੜੇ ਤੁਹਾਡੇ ਨਾਲ ਬੱਚੇ ਪੜਦੇ ਸੀ ਕਿੰਨੇ ਕੁ ਪਿੰਡਾਂ ਦੇ ਪੜਦੇ ਸੀ ਬੱਚੇ ਜਿਹੜੇ ਸੀਗੇ ਸਾਡਾ ਪਿੰਡ ਫੰਬੀਆਂ ਜੀ ਤੇ ਸੰਦਰਾ ਤਾਂ ਇਹ ਤੇ ਨਾ ਪਿੰਡਾਂ ਦੇ ਬੱਚੇ ਇੱਥੇ ਪੜ੍ਹਦੇ ਹੁੰਦੇ ਜੀ ਜੀ ਹੁਸ਼ਿਆਰਪੁਰ ਤੋਂ ਮੇਰੇ ਘਰ ਤੁਹਾਡਾ ਪਿੰਡ 25 ਕਿਲੋਮੀਟਰ ਹੁਣਾ ਘੱਟ ਹੁਸ਼ਿਆਰਪੁਰ ਤੋਂ 18 ਕਿਲੋਮੀਟਰ ਆ ਠੀਕ 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 ਤੇ ਇਹਨਾਂ ਦਾ ਕੈਂਪ ਲੱਗਾ ਨੰਦਾਚੌਰ ਕੈਂਪ ਨੰਦਾਚੌਰ ਲੱਗਾ ਸੀ ਠੀਕ ਠੀਕ ਚਲੋ ਜੀ ਹੋਰ ਸੁਣਾਓ ਕੋਈ ਸੰਤਾਲੀ ਦੀ ਗੱਲ ਕੋਈ ਯਾਦ ਹੋਰ ਜਿਹੜੀਆਂ ਸੰਤਾਲੀ ਦੀਆਂ ਯਾਦਾਂ ਕੋ ਉਸ ਵੇਲੇ ਦੀਆਂ ਹਾਂ ਇੱਕ ਦੱਸਣ ਵਾਲੀ ਇਹ ਗੱਲ ਰਹਿ ਗਈ ਵੀ ਜਿਸ ਵੇਲੇ ਉਹ ਲੋਕ ਉੱਜੜ ਕੇ ਤੁਰ ਪਏ ਨਾ ਜੀ ਜੀ ਤਾਂ ਉਹਨਾਂ ਦੇ ਘਰਾਂ ਉੱਤੇ ਲੋਕਾਂ ਨੇ ਐਦਾਂ ਮਤਲਬ ਜਿੱਦਾਂ ਹਮਲਾ ਕਰੀਦਾ ਉਹਨਾਂ ਦੇ ਘਰਾਂ ਨੂੰ ਲੁੱਟਣ ਲਈ ਐਦਾਂ ਆਪੇ ਇਕੱਠੇ ਹੋ ਕੇ ਲੋਕ ਆਸੇ ਪਾਸੇ ਦੇ ਲੋਕ ਵੀ ਆਸੇ ਪਾਸੇ ਦੇ ਸਾਰਿਆਂ ਨੇ ਉਹਨਾਂ ਦੇ ਘਰਾਂ ਨੂੰ ਮਤਲਬ ਪਹਿਲਾਂ ਤਾਂ ਉਹਨਾਂ ਦਾ ਮਤਲਬ ਜੋ ਟ੍ਰਾਂਕ, ਸਦੂਕ, ਕੋਠੀਆਂ ਉਹ ਫਰੋਲੀਆਂ ਉਹ ਤੋਂ ਬਾਅਦ ਉਹਨਾਂ ਦੀਆਂ ਛੱਤਾਂ ਉਧੇੜ ਕੇ ਉਹਨਾਂ ਦੀਆਂ ਇੱਟਾਂ ਬਾਲੇ ਗਾਡਰ ਵੀ ਲੈ ਗਏ ਬਾਹਲੇ ਪਿੰਡਾਂਲੇ ਹਾਂ ਬਾਹਲੇ ਪਿੰਡਾਂ ਦੇ ਨਹੀਂ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਜਾਨੇ ਕਟਿਆਣੇ ਵਾਲਿਆਂ ਨੇ ਕਟਿਆਣੇ ਵਾਲਿਆਂ ਨੇ ਓਹੋ ਇਹ ਇਹਨਾਂ ਜੋ ਕੋਈ ਜ਼ਮੀਨ ਵਾਲਾ ਤਾਂ ਨਹੀਂ ਮੁਸਲਮਾਨ ਹੋਣਾ ਜ਼ਮੀਨ ਵਾਲੇ ਇਹ ਮੁਸਲਮਾਨ ਦੋ ਪਰਿਵਾਰ ਹੈਗੇ ਸੀ ਥੋੜੀ ਥੋੜੀ ਸੀਗੀ ਜ਼ਮੀਨ ਉਹਨਾਂ ਦੀ ਜ਼ਮੀਨ ਫੇ ਕਿਹਨਾਂ ਨੂੰ ਪਈ ਉਹ ਜ਼ਮੀਨ ਉਹਨਾਂ ਦੇ ਕੋਲ ਹੀ ਮਰਾਠੀ ਪਰਿਵਾਰ ਦੀ ਜ਼ਮੀਨ ਸੀਗੀ ਉਹ ਉਹਨਾਂ ਕੋਲ ਹੁਣ ਵੀ ਹੈਗੀ ਆ ਮੇਰੇ ਉਸ ਦੋਸਤ ਬशीर अहमद ਦੇ ਬੱਚਿਆਂ ਕੋਲ ਆ ਜੀ ਜੀ ਤੇ ਇੱਕ ਭਰਾਇਆਂ ਦੇ ਕੋਲ ਮਤਲਬ ਸੀਗੀ ਥੋੜੀ ਜਿਹੀ ਜ਼ਮੀਨ ਉਹ ਉਹ ਜਿਹੜੇ ਦੋ ਪਰਿਵਾਰ ਰਹੇ ਉਹਨਾਂ ਕੋਲ ਹੀ ਸੀ ਬਸ ਹਾਂਜੀ ਇਹਦਾ ਮਤਲਬ ਮੈਨੂੰ ਤਾਂ ਐ ਲੱਗਦਾ ਜ਼ਮੀਨ ਨੇ ਨਹੀਂ ਉਹਨਾਂ ਨੂੰ ਜਾਣ ਦਿੱਤਾ ਨਹੀਂ ਇਹ ਨਹੀਂ ਸੀ ਗੱਲ ਜੀ ਮਤਲਬ ਉਹਨਾਂ ਦਾ ਲੋਕਾਂ ਦੇ ਨਾਲ ਪਿਆਰ ਇੰਨਾ ਸੀ ਘਾਰ ਹੈ ਜਿਹੜੀ ਇਦਾਂ ਦੀ ਸੀਗੀ ਉਸ ਵੇਲੇ ਦੀ ਰਹਿਣੀ ਬਹਿਣੀ ਜਿਹੜੀ ਸੀਗੀ ਜੀ ਤੇ ਉਹ ਪਿਆਰ ਨਾਲ ਲੋਕ ਰਹਿੰਦੇ ਸੀਗੇ ਸਤਿਕਾਰ ਕਰਦੇ ਸੀਗੇ ਉਹ ਲੋਕਾਂ ਦਾ ਸਤਿਕਾਰ ਬਹੁਤ ਕਰਦੇ ਸੀਗੇ ਲੋਕ ਵੀ ਉਹਨਾਂ ਦਾ ਸਤਿਕਾਰ ਕਰਦੇ ਸੀ ਉਹ ਤਾਂ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਬਈ ਗੁਜਰਾ ਦੇ ਮੁੰਡਿਆਂ ਨੂੰ ਕਹਿਣਾ ਵੀ ਛਾਪੇ ਵੜਿਆ ਹੈ ਉਹ ਅੱਜ ਕੱਲ ਤਾਂ ਤੁਸੀਂ ਕਿਸੇ ਨੂੰ ਇੱਕ ਦਾਣੀ ਕਹੋ ਵੱਡਣ ਨੂੰ ਤਾਂ ਕੋਈ ਵੱਡਣ ਨੂੰ ਜਾਂਦਾ ਨਹੀਂ ਉਹਨੇ ਦਰਖਤਾਂ ਦੇ ਛਾਪੇ ਵੱਢ ਕੇ ਸਿੱਟਿਆਉਣੇ ਤਾਂ ਆ ਕੇ ਕਹਿ ਦੇਣਾ ਤਾਇਆ ਜਾਂ ਚਾਚਾ ਜੀ ਵੀ ਗੱਡਾ ਲੱਤ ਕੇ ਲੈ ਆਏ ਹੋ ਤੇ ਹੁਣ ਉਹਨਾਂ ਪਰਿਵਾਰਾਂ ਦਾ ਕੀ ਸਟੈਂਡਰਡ ਆ ਹੁਣ ਉਹਨਾਂ ਦਾ ਸਟੈਂਡਰਡ ਇਹ ਆ ਜਿਵੇਂ ਉਹ ਆਪਣੀ ਕਿਰਤ ਵਿਰਤ ਵੀ ਕਰਦੇ ਆ ਸਲਾਈ ਦਾ ਕੰਮ ਕਰਦੇ ਆ ਜ਼ਿਆਦਾਤਰ ਮੁੰਡੇ ਤੇ ਸਲਾਈ ਦਾ ਕੰਮ ਕਰਨ ਦੇ ਆਲਾ ਪਰਿਵਾਰ ਤਾਂ ਵੈਸੇ ਇੱਕ ਹੀ ਆ ਹੁਣ ਪੜਾਈਆਂ ਤੋਂ ਜੀ ਜੀ ਤੇ ਜਿਹੜੇ ਬਾਕੀ ਪਰਿਵਾਰ ਆ ਉਹ ਇਹਨਾਂ ਨੂੰ ਹੁਣ ਜਿਹੜੇ ਆਪਣੇ ਮੁਸਲਮ ਦੇਸ਼ ਆ ਅਰਬ ਦੇਸ਼ ਉਹਨਾਂ ਦੇਸ਼ਾਂ 'ਚ ਜਾਣ ਦਾ ਸਮਾਂ ਮਿਲ ਗਿਆ ਆ ਕੰਮ ਕਾਰ ਲਈ ਜੀ ਜੀ ਤਾਂ ਉਹ ਹੁਣ ਬਹੁਤੇ ਮੁੰਡੇ ਇਹਨਾਂ ਦੇ ਉਧਰ ਜਾਂਦੇ ਆਉਂਦੇ ਆ ਤਾਂ ਆਪਣੇ ਠੀਕ ਆ ਰਹਿਣ ਸਹਣ ਪੈਸੇ ਕਮਾ ਕੇ ਲਿਆਉਂਦੇ ਆ ਉਹਨਾਂ ਦਾ ਰਹਿਣ ਬਹਿਣ ਠੀਕ ਆ ਠੀਕ ਹੈ ਜੀ ਹਾਂਜੀ ਪਿੰਡ ਦੇ ਲੋਕਾਂ ਦੇ ਨਾਲ ਵੀ ਭਰਾਵਾਂ ਵਾਲਾ ਹੀ ਭਾਈਚਾਰੇ ਮੰਗ ਰਹੇ ਨੇ ਆ ਜੀ 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 ਅੰਕਲ ਜੀ ਜਿਹੜਾ ਸਾਡਾ ਮੁਲਕ ਗਵਾਂਢੀ ਮੁਲਕ ਆ ਪਾਕਿਸਤਾਨ ਹਾਂਜੀ ਇਹਨੇ ਜਿੱਥੇ ਤੁਹਾਡੇ ਸੱਜਣ ਮਿੱਤਰ ਪਿੰਡ ਦੇ ਜਾਂ ਆਸ-ਪਾਸ ਦੇ ਲੋਕ ਉੱਠ ਕੇ ਤੁਰ ਗਏ ਹਾਂਜੀ ਹਾਂਜੀ ਉਹਦੇ ਬਾਰੇ ਤੁਹਾਡੀ ਕੀ ਵਿਚਾਰ ਆ ਉਹਦੇ ਬਾਰੇ ਮੈਂ ਤਾਂ ਇਹ ਆਪਣੇ ਵਿਚਾਰ ਰੱਖਦਾ ਹਾਂ ਵੀ ਪਾਕਿਸਤਾਨ ਜਿਹੜਾ ਆ ਸਾਡਾ ਸਾਡੇ ਵਿੱਚੋਂ ਹੀ ਗਏ ਉਹ ਲੋਕ ਆ ਉਹ ਸਾਡੇ ਭਰਾ ਆ ਸਾਡੇ ਮਤਲਬ ਉਹ ਬਜ਼ੁਰਗ ਆ ਤੇ ਉਹਨਾਂ ਨੂੰ ਯਾਦ ਕਰਕੇ ਮਨ ਦੁਖੀ ਹੁੰਦਾ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਇੰਨੇ ਸੁਖਾਵੇ ਹੋ ਜਾਣ ਉਹਨਾਂ ਨਾਲ ਸੰਬੰਧ ਤੇ ਪਾਸਪੋਰਟ ਦੀ ਵੀ ਲੋੜ ਨਾ ਪਵੇ ਠੀਕ 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 ਬਹੁਤ ਸੁਖਾਵੇ ਸੰਬੰਧ ਉਹਨਾਂ ਦੇ ਨਾਲ ਹੋਣ ਅਸੀਂ ਉਹਨਾਂ ਨਾਲ ਮਿਲੀਏ ਉਹ ਸਾਡੇ ਨਾਲ ਮਿਲਣ ਸਾਡਾ ਜਿਹੜਾ ਸੱਭਿਆਚਾਰ ਆ ਸਾਡਾ ਸੱਭਿਆਚਾਰ ਇੱਕ ਆ ਜੀ ਜੀ ਸੱਭਿਆਚਾਰ ਬਹੁਤ ਵੱਡੀ ਚੀਜ਼ ਆ ਜਿਹੜਾ ਰੈਤਲ ਵੈਤਲ ਇੱਕ ਆ ਹਾਂਜੀ ਬੋਲੀ ਸਾਡੀ ਮਤਲਬ ਉਹਨਾਂ ਦੇ ਨਾਲ ਮਿਲਦੀ ਜੁਲਦੀ ਆ ਸਾਡਾ ਸਭਿਆਚਾਰ ਮਿਲਦਾ ਆ ਸਾਡੇ ਜਿਹੜੇ ਲਖਾਰੀ ਆ ਸਾਡੇ ਜਿਹੜੇ ਗੀਤਕਾਰ ਆ ਸਾਡੇ ਗੀਤ ਗਾਉਣ ਵਾਲੇ ਆ ਕਲਾਕਾਰ ਆ ਜਿਹੜੇ ਉਹ ਸਾਨੂੰ ਜਦੋਂ ਗਾਉਂਦੇ ਹੋਣ ਤਾਂ ਉਹ ਇਦਾਂ ਲੱਗਦਾ ਪਈ ਸਾਡੇ ਆਪਣੇ ਮੁੰਡੇ ਗਾ ਰਹੇ ਆ ਬਿਲਕੁਲ ਬਿਲਕੁਲ ਤੇ ਮੈਂ ਤਾਂ ਮਤਲਬ ਉਹ ਜਿਹੜੇ ਚੰਗੇ ਕਲਾਕਾਰ ਆ ਉਹਨਾਂ ਦੇ ਨਾਂ ਜਿਹੜੇ ਆਪਣੇ ਨੋਟ ਕਰਕੇ ਰੱਖਿਓ ਖਾਸ ਤੌਰ ਤੇ ਮੈਂ ਆਲਮ ਲੋਹਾਰ ਦਾ ਬਹੁਤ ਸ਼ੈਦਾਈ ਆ ਵਾਹ ਜੀ ਵਾਹ ਹਾਂਜੀ ਹੋਰ 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 ਬਸ ਹੋਰ ਜਿਹੜੇ ਚੰਗੇ ਕਲਾਕਾਰ ਹੋਰ ਵੀ ਸੁਣੇ ਆ ਉਹਨਾਂ ਦੇ ਕੁਝ ਨਾਂ ਇਹਦੇ ਮੈਨੂੰ ਯਾਦ ਨਹੀਂ ਤਫੈਲ ਨਿਆਜ਼ੀ ਹਾਂ ਤਫੈਲ ਨਿਆਜ਼ੀ ਆ ਉਹ ਮਡੇਰਾਂ ਦੇ ਸੀਗੇ ਅੱਛਾ ਅੱਛਾ ਫੇਰ ਤਾਂ ਉਹ ਵੀ ਸਾਡੇ ਮਤਲਬ ਪਰਿਵਾਰ ਦਾ ਹਿੱਸਾ ਹੀ ਆ ਇੱਕ ਸਮੇਂ ਬਿਲਕੁਲ ਬਿਲਕੁਲ ਤੁਸੀਂ ਨਿਕ ਕਿਹ ਹੁੰਦੇ ਕੋਈ ਨਕਲਾਂ ਨੂੰ ਕਲਾ ਵੀ ਦੇਦੇ ਹੁੰਦੇ ਸੀ ਹਾਂ ਨਕ ਨਕਨਾਮ ਬਹੁਤ ਹੁੰਦੀਆਂ ਸੀ ਜੀ ਤਾਂ ਨਕਲਾਂ ਦੇਖਦੇ ਰਹੇ ਆ ਤਾਂ ਆਪਣੇ ਪਿੰਡ ਜਾਂ ਕਿਸੇ ਹੋਰ ਪਿੰਡ ਵੀ ਜਾਂਦੇ ਸੀ ਆਪਣੇ ਪਿੰਡ 'ਚ ਹੀ ਦੇਖੀਆਂ ਤਾਂ ਦੂਜੇਰੇ ਪਿੰਡ 'ਚ ਜਾਂਦੇ ਸੀ ਇਥੇ ਫੰਬੀ ਜਾਂਦੇ ਸੀ ਉਹ ਰਾਸਾਂ ਪੈਂਦੀਆਂ ਹੁੰਦੀਆਂ ਸੀ ਜੀ 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 ਰਾਤਾਂ ਰਾਤ ਪਾਉਂਦੇ ਹੁੰਦੇ ਜਨਮ ਅਸ਼ਮੀ ਤੇ ਜੀ 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 ਤਾਂ ਉਹ ਦੇਖਣ ਜਾਂਦਾ ਸੀ ਰਾਤ ਕੋਈ ਬ੍ਰਾਹਮਣਾਂ ਦਾ ਪਿੰਡ ਹੈ ਤਾਂ ਬ੍ਰਾਹਮਣਾਂ ਦਾ ਪਿੰਡ ਹੈ ਜਿਹੜੀਆਂ ਨਕਲਾ ਇਸ ਪਿੰਡ ਹੁੰਦੀਆਂ ਸੀਗੀਆਂ ਹਾਂਜੀ ਆਸ-ਪਾਸੋਂ ਵੀ ਨਕਲੀਆਂ ਆਉਂਦੀ ਸੀ ਹੋਰ ਪਿੰਡਾਂ ਤੋਂ ਹਾਂ ਹੋਰ ਪਿੰਡਾਂ ਤੋਂ ਆਉਂਦੀ ਸੀ ਕੋਈ ਨਾਂ ਜਾਤ ਨਾ ਤਾਂ ਮੈਨੂੰ ਇੱਕ ਯਾਦ ਆ ਵੀ ਜਲਸੇ ਪਾਉਣ ਵਾਲਾ ਫੁੰਮਣ ਯਾਦ ਆ ਆਏ ਹਾਏ ਹਾਂਜੀ ਉਹ ਜਲਸਾ ਪਾਉਂਦਾ ਹੁੰਦਾ ਸੀਗਾ ਇਹ ਉਹਦੇ ਇੱਕ ਮੈਂ ਖਾਸ ਗੱਲ ਪੜ੍ਹੀ ਸੀਗੀ ਆਪਣੇ ਅਖਬਾਰ 'ਚ ਜਲਸੇ ਪਾਉਣ ਵਾਲਿਆਂ ਬਾਰੇ ਲੇਖ ਆਇਆ ਸੀਗਾ ਜੀ ਜੀ ਤੇ ਜਲਸੇ ਪਾਉਣ ਵਾਲਿਆਂ ਦੀ ਮੈਂ ਉਹ ਬਹੁਤ ਵੱਡੀ ਕਦਰ ਕਰਦਾ ਹਾਂ ਤਾਂ ਬਹੁਤ ਵੱਡੀ ਗੱਲ ਮੰਨਦਾ ਹਾਂ ਜੀ ਜੀ ਤੇ ਉਹ ਦੱਸਦੇ ਹੁੰਦੇ ਸੀ ਕਿ ਜਦੋਂ 1 ਰੁਪਇਆ ਉਦੋਂ ਬਹੁਤ ਵੱਡੀ ਗੱਲ ਹੁੰਦੀ ਸੀ 1 ਰੁਪਏ ਦੀ ਵੈਲਿਊ ਬਹੁਤ ਸੀ ਹੁਣ ਤੇ ਡੀਵੈਲਿਊੇਸ਼ਨ ਹੋ ਗਈ ਪੈਸੇ ਦੀ ਜੀ ਜੀ ਉਹ 1 ਰੁਪਇਆ ਜਿਹੜਾ ਬੰਦਾ ਦੇ ਦਿੰਦਾ ਸੀ ਜਲਸੇ ਵਾਲੇ ਦੂਜਾ ਰੁਪਇਆ ਨਹੀਂ ਸੀ ਲੈਂਦੇ ਓ ਬੱਲੇ ਉਸ ਬੰਦੇ ਤੋਂ ਨਾ ਉਹ ਉਹ ਜਿਸ ਨਾਲ 2 ਰੁਪਇਆ ਦੇਣ ਜਾਣਾ ਤਾਂ ਨਾਲ ਇੱਕ ਛੇਰ ਬੋਲ ਦਿੰਦੇ ਹੁੰਦੇ ਸੀ ਇੱਕ ਉਹ ਤੇਰਾ ਲੱਖ ਵਰਗਾ ਦੂਜਾ ਮੋੜ ਕੇ ਜੇਬ 'ਚ ਪਾ ਲਾ ਆਏ ਹਾਏ ਉਹ ਦੂਜਾ ਰੁਪਇਆ ਲੈਂਦੇ ਹੀ ਨਹੀਂ ਸੀ ਉਹ ਨੂੰ ਕਹਿਣਾ ਵੀ ਇੱਕੋ ਹੀ ਤੇਰਾ ਲੱਖ ਵਰਗਾ ਜਿਹੜਾ ਤੈਂ ਪਹਿਲਾਂ ਦਿੱਤਾ ਦੂਜਾ ਜਿਹੜਾ ਆ ਉਹ ਹੁਣ ਮੋੜ ਕੇ ਜੇਬ 'ਚ ਪਾ ਲਾ ਵਾਹ ਜੀ ਜਿੰਨਾ ਮਰਜ਼ੀ ਮਜਬੂਰ ਕਰੋ ਦੂਜਾ ਰੁਪਇਆ ਨਹੀਂ ਸੀ ਲੈਂਦੇ ਉਹਨਾਂ ਦਾ ਮਤਲਬ ਮੈਂ ਇਹ ਸੋਚਦਾ ਪੇ ਇੱਕ ਜਲਸਾ ਪਾਉਣ ਵਾਲੇ ਲੋਕਾਂ ਨੂੰ ਅਸੀਂ ਆਮ ਤੌਰ 'ਤੇ ਸਾਡੀ ਜਿਹੜੀ ਸੋਚ ਆ ਉਹਨਾਂ ਖੇਤ ਗਿੰਦੇ ਆ ਜੀ ਤੇ ਉਹ ਪਰ ਮੈਂ ਨਹੀਂ ਕਿੰਨੇ ਕਿੰਦਾ ਮੈਂ ਉਹਨਾਂ ਨੂੰ ਉੱਚ ਕੋਟੀ ਦੇ ਕਲਾਕਾਰ ਮੰਨਦਾ ਉਹਨਾਂ ਦੀ ਇੱਕ ਹਾ ਚੀਜ਼ ਤੇ ਇੱਕ ਮਤਲਬ ਜਿਹੜੀ ਉਹ ਪੇਸ਼ ਕਰਦੇ ਸੀ ਗੀਤਕਾਰੀ ਪੇਸ਼ ਕਰਦੇ ਸੀ ਉਹ ਇਦਾਂ ਪੇਸ਼ ਕਰਦੇ ਸੀ ਜੇਲਾਂ ਬੀਬੀਆਂ ਬੈਠੀਆਂ ਹੋਣ ਤਾਂ ਉਸਲੇ ਸਤਕਾਰ ਵਾਲੇ ਗੀਤ ਗਾਉਣੇ ਅੱਛਾ ਤੇ ਬੀਬੀਆਂ ਨੂੰ ਫਿਰ ਜੇਲਾ ਕੁਛ ਜੇਰ ਗਾ ਕੇ ਫਿਰ ਫੁੰਮਣ ਨੇ ਹੱਥ ਜੋੜ ਦੇਣੇ ਇਦਾਂ ਖੜਾ ਹੋ ਕੇ ਜੀ ਬੀਬੀਓ ਹੁਣ ਤੁਸੀਂ ਜਾਓ ਜਰਾ ਘਰ ਨੂੰ ਹੁਣ ਆ ਸੀ ਇਹਨਾਂ ਨੂੰ ਬੰਦਿਆਂ ਨੂੰ ਜਰਾ ਖੁਸ਼ ਕਰ ਲਈਏ ਇਹਨਾਂ ਨੂੰ ਬੋਲੀਆਂ-ਬਾਲੀਆਂ ਪਾ ਕੇ ਸੁਣਾਉਣੀਆਂ ਅੱਛਾ ਅੱਛਾ 20 ਬੀਬੀਆਂ ਨੇ ਕੰਧ ਤੇ ਬੈਠ ਕੇ ਦੇਖਦੀਆਂ ਹਾਂ ਨਹੀਂ ਜਲਸਾ ਤੋਂ ਨਹੀਂ ਫੇਰ ਵੀ ਮਤਲਬ ਜਾਣਾ ਨਹੀਂ ਉਹ ਕੰਧ ਦੇ ਥੱਲੇ ਬੁੱਲੇ ਹੋ ਕੇ ਬਹਿ ਜਾਣਾ ਅੱਛਾ ਅੱਛਾ ਫੇ ਉਹ ਸਿਆਣਾ ਸੀ ਫੁੰਮਣਾ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਬੀਬੀਆਂ ਗਈਆਂ ਨਹੀਂ ਬਹਿ ਗਈਆਂ ਉਨ ਫਿਰ ਪੇੜੋਂ ਉਥੋਂ ਪੱਟ ਕੇ ਗਾਹਾਂ ਲੈ ਜਾਣਾ ਕਹਿਣਾ ਇਥੋਂ ਪੇੜ ਪੱਟ ਲਓ ਜਰਾ ਗਾਹਾਂ ਲੈ ਚਲੋ ਕੁੜੀਆਂ ਦੇ ਕੋਲੋਂ ਕੀ ਜਿਹੜੇ ਗਾਦੇ ਹੁਣ ਇਹਨਾਂ ਨੂੰ ਸੁਣਾਉਣੇ ਆ ਉਹ ਕੁੜੀਆਂ ਨੂੰ ਸੁਣਾਉਣ ਵਾਲੇ ਨਹੀਂ ਇਹਨਾਂ ਸਤਕਾਰ ਸਿਗਾ ਮਤਲਬ ਬੀਬੀਆਂ ਲਈ ਉਹਨਾਂ ਦੇ ਕੋਲ ਵੀ ਹਾਲਾਂਕਿ ਅਸੀਂ ਉਹਨਾਂ ਨੂੰ ਨਕਲੀ ਜਾਂ ਜਲਸੀ ਵਾਲੇ ਕਹਿੰਦੇ ਆ ਉਹਨਾਂ ਦੇ ਉਹ ਲੋਕ ਵੀ ਉਹ ਕਲਾਕਾਰ ਸੀਗੇ ਕਲਾਕਾਰ ਸੀ ਤਹਿਜ਼ੀਬ ਯਾਫਤਾ ਸੀਗੀ ਸਾਡਾ ਕਲਚਰ ਤਾਂ ਉਹਨਾਂ ਨੇ ਸਿਰ ਤੇ ਝੁਕਿਆ ਸੀ ਗਾਇਕ ਤਾਂ ਰਹੇ ਹੀ ਨਹੀਂ ਉਹਨਾਂ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਐਡੇ ਗੱਲਾਂ ਕਰਦੇ ਰਹਾਂਗੇ ਜੀ ਵਿੱਚ ਵਿੱਚ ਹਾਂ ਠੀਕ ਹੈ ਜੀ 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 ਮੇਰੇ ਦੋਸਤ ਕੁੰਦਨ ਸਿੰਘ ਕਲਕਟ ਜੀ ਜਿਹੜੇ ਕਿ ਅੰਕਲ ਜੀ ਉਹਨਾਂ ਦੇ ਬੇਟੇ ਐ ਤੂੰ ਤੁਹਾਡਾ ਵੀ ਬਚਪਨ ਇਸ ਪਿੰਡ 'ਚ ਬੀਤਿਆ ਹਾਂਜੀ ਬਿਲਕੁਲ ਤੇ ਤੁਹਾਡਾ ਕਿਸ ਤਰ੍ਹਾਂ ਦਾ ਰਿਸ਼ਤਾ ਰਿਹਾ ਬशीर अहमद ਜੀ ਨਾਲ ਐ ਬशीर अहमद ਤਾਇਆ ਜੀ ਡੈਡੀ ਦੇ ਬੜੇ ਕਰੀਬੀ ਦੋਸਤ ਸੀ ਜੀ ਜੀ ਜਿਹੜੀ ਗੱਲ ਨਹੀਂ ਹੋਈ ਸ਼ਾਇਦ ਬशीर अहमद ਤਾਏ ਨੇ ਤੇ ਡੈਡੀ ਨੇ ਮੱਧ ਪ੍ਰਦੇਸ਼ ਦੇ ਵਿੱਚ ਇਕੱਠਿਆਂ ਡਰਾਈਵਰੀ ਸਿੱਖੀ ਬੁਲਬੁਲ ਇੱਕੋ ਗੁਰੂ ਕੋਲੋਂ ਚਿੱਕੋ ਉਸਤਾਦ ਕੋਲੋਂ ਤੇ ਡ్రਾਈਵਰੀ ਇਕੱਠਿਆਂ ਉੱਥੇ ਕੀਤੀ ਜੀ ਜੀ ਉੱਥੋਂ ਇਹਨਾਂ ਦੀ ਦੋਸਤੀ ਡੈਡੀ ਦੀ ਤਾਂ ਬशीर अहमद ਆਏ ਦੀ ਪੱਕੀ ਹੋ ਗਈ ਜੀ ਤੇ ਭਾਵੇਂ ਉਹ ਉੱਥੇ ਡ్రਾਈਵਰੀ ਸਿੱਖਣ ਗਏ ਫਿਰ ਪਿੰਡ ਆ ਕੇ ਭਾਵੇਂ ਉਹ ਨਹੀਂ ਕਲਾਂਟ ਵਜਾਉਣ ਦਾ ਬਾਜਾ ਵਜਾਉਣ ਦਾ ਕੰਮ ਕੀਤਾ ਜੀ ਜੀ ਪਰ ਉਹਨਾਂ ਦਾ ਜਿਹੜਾ ਗਿਆਨ ਸੀ ਉਹ ਬੜਾ ਉੱਚ ਕੋਟੀ ਦਾ ਸੀ ਜੀ ਜੀ ਤਿੰਨੋਂ ਪਛਾਵਾਂ ਦਾ ਪੰਜਾਬੀ ਵੀ ਬੋਲਣੀ ਉਹਨਾਂ ਨੂੰ ਅੰਗਰੇਜ਼ੀ ਵੀ ਮਾੜੀ ਮੋਟੀ ਬੋਲਣੀ ਤੇ ਉਰਦੂ ਫਾਰਸੀ ਤਾਂ ਸੋਹਣੀ ਬੋਲਦੇ ਸੀ ਤੇ ਲਿਖਦੇ ਵੀ ਸੀ ਤੇ ਮੇਰੇ ਮੈਂ ਉਹਨਾਂ ਨੇ ਮੈਨੂੰ ਉਰਦੂ ਦਾ ਕਾਇਦਾ ਦਿੱਤਾ ਜਿਹੜਾ ਮੇਰੇ ਕੋਲ ਅੱਜ ਵੀ ਪਿਆ ਜੀ ਜੀ ਤੇ ਉਹ ਤੋਂ ਹੀ ਮੈਂ ਥੋੜਾ ਬਹੁਤਾ ਜੋੜ-ਜੋੜ ਕੇ ਜਿਹੜੀ ਹੈਗੀ ਆ ਉਰਦੂ ਜਿਹੜਾ ਉਹ ਸਿੱਖਿਆ ਪੜਨਾ ਤੇ ਫਿਰ ਉਹਨਾਂ ਤੋਂ ਮੈਂ ਟਿਊਸ਼ਨ ਵੀ ਪੜੀ ਅੱਛਾ ਆਪਣੀਆਂ ਪ੍ਰਾਇਮਰੀ ਕਲਾਸਿਸ ਦੇ ਵਿੱਚ ਉਹ ਮੈਨੂੰ ਮੈਥ ਵੀ ਪੜਾਉਂਦੇ ਸੀ ਤੇ ਬਾਕੀ ਸਬਜੈਕਟ ਵੀ ਪੜਾਉਂਦੇ ਸੀ ਤੇ ਮੈਨੂੰ ਉਹਨਾਂ ਦੀ ਯਾਦ ਉਦੋਂ ਬਹੁਤ ਜ਼ਿਆਦਾ ਆਉਂਦੀ ਆਈ ਜਦੋਂ ਮੈਂ ਪਹਿਲਾ ਅਧਿਆਪਕ ਨਾਵਲ ਪੜ੍ਹਿਆ ਜੀ ਜੀ ਤੇ ਉਹਦੇ ਉਦੋਂ ਮੈਂ ਕੰਪੇਅਰ ਕੀਤਾ ਕਿ ਮੇਰਾ ਪਹਿਲਾ ਅਧਿਆਪਕ ਬशीर अहमद ਆਇਆ ਸੀ ਜਿਹਨੇ ਮੈਨੂੰ ਬਚਪਨ ਦੇ ਵਿੱਚ ਕਿਉਂਕਿ ਜਿਹੜੇ ਮੈਨੂੰ ਸਕੂਲ ਫਾਰਮਲ এডੂਕੇਸ਼ਨ ਚ ਅਧਿਆਪਕ ਪੜਾਉਂਦੇ ਸੀ ਉਹ ਉੰਨੇ ਯਾਦ ਨਹੀਂ ਰਹੇ ਜਿੰਨਾ ਮੈਨੂੰ ਬशीर अहमद ਮੇਰੀਆਂ ਯਾਦਾਂ ਦੇ ਵਿੱਚ ਹਮੇਸ਼ਾ ਜਿਹੜਾ ਆ ਉਹ ਤਾਜ਼ਾ ਰਹਿਣਾ ਆ ਕਿਉਂਕਿ ਉਹਨਾਂ ਨੇ ਜਿਹੜੀ ਸਾਨੂੰ تعلیم ਦਿੱਤੀ ਜਿਹੜੀਆਂ ਤਹਿਜ਼ੀਬ ਸਿਖਾਈ ਜਿਹੜੀਆਂ ਗੱਲਾਂ ਦਸੀਆਂ ਚਾਹੇ ਉਹ ਕੁਰਾਨ ਚੋਂ ਰੈਫਰੈਂਸ ਦਿੰਦੇ ਸੀ ਚਾਹੇ ਉਹ ਕਿਸੇ ਹੋਰ ਗ੍ਰੰਥ ਚੋਂ ਦਿੰਦੇ ਸੀ ਪਰ ਬਹੁਤ ਉੱਚ ਕੋਟੀ ਦੀਆਂ ਗੱਲਾਂ ਜਿਹੜੀਆਂ ਉਹ ਸਾਨੂੰ ਦੱਸਦੇ ਸੀ ਔਰ ਬਚਪਨ ਦੇ ਵਿੱਚ ਨੀ ਰੱਖਣ ਦੇ ਵਿੱਚ ਉਹਨਾਂ ਦਾ ਕਾਫੀ ਯੋਗਦਾਨ ਹੈ ਵਾਹ ਜੀ ਵਾਹ ਇੱਕ ਸ਼ਖਸੀਅਤ ਦੀ ਨੀ ਰੱਖਣ ਦੇ ਵਿੱਚ ਉਹਨਾਂ ਦਾ ਕਾਫੀ ਯੋਗਦਾਨ ਹੈ ਕਦੋਂ ਗਏ ਦੁਨੀਆ ਚੋਂ ਜੀ ਉਹਨਾਂ ਨੂੰ ਮੇਰੇ ਖਿਆਲ ਪੰਜ 6 ਸਾਲ ਹੋ ਗਏ ਪਾਨੀ ਹੋਇਆ ਨੂੰ ਹਾਂ ਸਿਰਫ 5 6 ਸਾਲ ਪਹਿਲਾਂ ਅਸੀਂ ਉਹਨਾਂ ਨੂੰ ਉਤਾਰ ਕੇ ਆਏ ਹਾਂ ਕਬਰਸਤਾਨ ਦੇ ਵਿੱਚ ਆਪਣੇ ਕਬਰਸਤਾਨ ਆਪ ਤੁਹਾਡੀ ਪਿੰਡ ਸੀ ਹੈਗਾ ਜੀ ਹਾਂਜੀ ਹੈਗਾ ਕਬਰਸਤਾਨ ਹੈਗਾ ਤੇ ਉਹ ਪੁਰਾਣਾ ਹੀ ਉਹ ਪਹਿਲਾਂ ਵਾਲਾ ਹੀ ਹੈ ਬਹੁਤ ਪੁਰਾਣਾ ਸ਼ੁਰੂ ਦਾ ਹੀ ਮਸਜਿਦ ਸੀਗੀ ਜੀ ਪਿੰਡ ਚ ਮਸਜਿਦ ਨਹੀਂ ਸੀ ਉਹ ਹੁਣ ਬਣ ਗਈ ਆ ਬਣ ਗਈ ਹਾਂਜੀ ਜੀ 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 ਚਲੋ ਜੀ ਉਸ ਮਸਜਿਦ ਦੀ ਵੀ ਫੋਟੋਗ੍ਰਾਫ ਲਵਾਂਗੇ ਹਾਂਜੀ ਹਾਂਜੀ ਚਲੋ ਜੀ ਮਿਹਰਬਾਨੀ ਜੀ ਛੁਕਿਆ ਹਾਂ ਹਾਂਜੀ ਇੱਕ ਇਸ ਇਸ ਇਲਾਕੇ ਦੇ ਵਿੱਚ ਨਾ ਇੱਕ ਬਹੁਤ ਵੱਡਾ ਹਮਲਾ ਸੁਣਦੇ ਸੀ ਤਲਵੰਡੀ ਰਾਈਆਂ ਤੇ ਹਾਂਜੀ ਰਾਈਆਂ ਦਾ ਬਹੁਤ ਵੱਡਾ ਪਿੰਡ ਸੀ ਸ਼ਾਮਬਦਾਸੀ ਦੇ ਕੋਲ ਹਾਂਜੀ ਹਾਂਜੀ ਉਸ ਪਿੰਡ 'ਚ ਦੱਸਦੇ ਆ ਵੀ ਕੋਈ ਸ਼ਹਿਰ ਤੋਂ ਬੰਦਾ ਆਉਂਦਾ ਸੀ ਹਾਂਜੀ ਉਹ ਜੱਟਾਂ ਨੂੰ ਇਕੱਠੇ ਕਰਕੇ ਲੈ ਜਾਂਦਾ ਸੀ ਹਾਂਜੀ ਹਾਂਜੀ ਤੁਹਾਡੇ ਪਿੰਡ ਦੇ ਸ਼ਾਮਿਲ ਸੀ ਬੰਦੇ ਵਿੱਚ ਹਾਂਜੀ ਸਾਡੇ ਪਿੰਡ ਦੇ ਬੰਦੇ ਵੀ ਸ਼ਾਮਿਲ ਸੀ ਇਹ ਧਾਮੀਆਂ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਬੰਦੇ ਇੱਕ ਇੱਕ ਦੋ ਦੋ ਬੰਦੇ ਤਾਂ ਜ਼ਰੂਰ ਹੀ ਸ਼ਾਮਿਲ ਹੋਣਗੇ ਜੇ ਜ਼ਿਆਦਾ ਨਾ ਹੋਣਗੇ ਜੀ ਜੀ ਕਿਉਂਕਿ ਲੋਕਾਂ ਨੂੰ ਗੁੱਸਾ ਸੀ ਇਸ ਗੱਲ ਦਾ ਵੀ ਉਹ ਜਿਹੜਾ ਮੌਲਵੀ ਨੇ ਬੰਦੂਕ ਨਾਲ ਪਹਿਲਾਂ ਹੀ ਹਮਲੇ ਜੇ ਸਾਡੇ ਬੰਦੇ ਮਾਰੇ ਅੱਛਾ ਜੀ ਇਹਨਾਂ ਨੇ ਫਿਰ ਮੰਨ ਚੇ ਸੀ ਵੀ ਮੌਲਵੀ ਨੂੰ ਮਾਰਨਾ ਬਦਲਾ ਲੈਣਾ ਆ ਤਾਂ ਇਹ ਇਹ ਫੇਰ ਇੱਕ ਜਿਹੜਾ ਤੁਸੀਂ ਜਿੱਦਾਂ ਦੱਸਦੇ ਬੰਦਾ ਕੋਈ ਬਾਹਰੋਂ ਆਉਂਦਾ ਸੀ ਹੁਸ਼ਾਰਪੁਰੋਂ ਜੀ ਜੀ ਉਹਨੂੰ ਪੰਡਾਰੀ ਕਹਿੰਦੇ ਹੁੰਦੇ ਸੀ ਤੁਸੀਂ ਦੇਖਿਆ ਉਹ ਦੇਖਿਆ ਨਹੀਂ ਮੈਂ ਸੁਣਿਆ ਹਾਂਜੀ ਘੋੜੇ ਤੇ ਆਉਂਦਾ ਸੀ ਕਹਿੰਦੇ ਹਾਂ ਤੇ ਉਹ ਪੰਡਾਰੀ ਨਾਲ ਲੈ ਕੇ ਬੰਦੇ ਇਕੱਠੇ ਕਰਕੇ ਪੰਡਾਰੀ ਨੇ ਫਿਰ ਦੂਸਰਾ ਹਮਲਾ ਜਿਹੜਾ ਕੀਤਾ ਤਲਵੰਡੀ ਤੇ ਉਹ ਪੰਡਾਰੀ ਨੇ ਕੀਤਾ ਪਹਿਲੇ ਚ ਨਹੀਂ ਉਹ ਸ਼ਾਮਲ ਸੀ ਪਹਿਲੇ ਚ ਨਹੀਂ ਸੀ ਕਿੰਨੇ ਕੁ ਬੰਦੇ ਮਾਰੇ ਸੀ ਪਹਿਲੇ ਹਮਲੇ 'ਚ ਪਹਿਲੇ ਹਮਲੇ ਦੇ ਵਿੱਚ ਥੋੜੇ ਬੰਦੇ ਮਾਰੇ ਸੀ 4-5 ਬੰਦੇ ਤੁਹਾਡੇ ਪਿੰਡ ਦਾ ਵੀ ਕੋਈ ਮਰਿਆ ਸੀ ਸਾਡੇ ਪਿੰਡ ਦਾ ਇੱਥੇ ਨਹੀਂ ਸੀ ਮਰਿਆ ਸਾਡੇ ਪਿੰਡ ਦੇ ਗਰੋਏ ਮਰੇ ਸੀਗੇ 47 ਚ 47 ਕਿੰਨੇ ਬੰਦੇ ਗਰੋਏ ਇੱਕ ਸਾਡੇ ਪਿੰਡ ਦਾ ਬੰਦਾ ਸੀ ਇੱਕ ਨਾਲ ਸੂਸਾਂ ਦਾ ਬੰਦਾ ਸੀਗਾ ਉਹ ਦੋ ਬੰਦੇ ਉੱਥੇ ਵੀ ਮਤਲਬ ਗੋਲੀ ਨਾਲ ਮਾਰੇ ਗਏ ਸੀ ਇੱਕ ਬੰਦਾ ਬੈਠਾ ਸੀ ਚਿਵਾਰੇ 'ਚ ਬੰਦੂਕ ਲੈ ਕੇ ਉਹਨੂੰ ਗੋਲੀ ਮਾਰੀ ਸੀ ਜਦੋਂ ਇਹਨਾਂ ਹਮਲਾ ਕੀਤਾ ਨਾ ਜੀ 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 ਤੇ ਉਹ ਚਿਵਾਰੇ ਦੇ ਵਿੱਚ ਆਪਣੇ ਬੈਠਾ ਹੀ ਬੰਦੂਕ ਦੇ ਨਾਲ ਬੰਦੇ ਜਿਹੜੇ ਸੀਗੇ ਉਹਦੇ ਸਾਹਮਣੇ ਜਿਹੜੇ ਆਉਂਦਾ ਸੀ ਉਹ ਗੋਲੀ ਮਾਰ ਦਿੰਦਾ ਸੀ ਮਾਰ ਦਿੰਦਾ ਸੀ ਠੀਕ ਹੈ ਤੇ ਉਹਨੇ ਸਾਡੇ ਦੋ ਬੰਦੇ ਮਾਰ ਦਿੱਤੇ ਸੀ ਜੀ 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 ਤੇ ਇਹ ਭੰਡਾਰੀ ਦੇ ਆ ਜਦੋਂ ਫਿਰ ਦੂਜੀ ਵਾਰ ਤਲਵੰਡੀ ਹਮਲਾ ਕੀਤਾ ਉਹਦੇ ਵਿੱਚ ਇੱਕ ਬੰਦੇ ਨੂੰ ਮੈਂ ਦੇਖਿਆ ਮੈਨੂੰ ਯਾਦ ਆ ਉਹ ਸਾਡੀ ਰਿਸ਼ਤੇਦਾਰੀ ਚੋਂ ਸੀਗਾ ਸਵਰਨ ਸਿੰਘ ਉਹਦਾ ਨਾਮ ਸੀਗਾ ਸਵਰਨਾ ਸਾਦਦੇ ਸੀ ਉਹ ਬਨਾਲੇ ਮਾਹੀ ਦਾ ਬੰਦਾ ਸੀਗਾ ਜੀ ਬੜਾ ਗਿਆਨ ਸੀਗਾ ਤਾਂ ਫੌਜ ਦੇ ਵਿੱਚ ਨੌਕਰੀ ਉੱਦਾ ਕਰਦਾ ਸੀਗਾ ਉਸ ਵੇਲੇ ਫੌਜ ਚੋਂ ਪਤਾ ਨਹੀਂ ਛੁੱਟੀ ਆਇਆ ਸੀਗਾ ਜਾਂ ਕਿੱਦਾਂ ਭਗੌੜਾ ਹੋ ਕੇ ਆਇਆ ਸੀ ਇਹ ਨਹੀਂ ਪਤਾ ਕਿੱਦਾਂ ਆਇਆ ਸੀ ਉਹਦੇ ਕੋਲ ਮਤਲਬ ਆਪਣੇ ਪਿੱਠੂ ਆ ਝੋਲਾ ਲਾ ਆਇਆ ਹੁੰਦਾ ਸੀ ਉਹਨੇ ਉਹਦੇ ਚ ਬੰਬ ਰੱਖਿਓ ਹੁੰਦੇ ਸੀਗੇ ਅੱਛਾ ਤੇ ਅਸਲਾ ਉਹਦੇ ਕੋਲ ਹੋਰ ਵੀ ਅਸਲਾ ਹੋ ਸਕਦਾ ਤੇ ਕੋਈ ਵੱਡਾ ਵੱਡੀ ਬੰਦੂਕ ਨਹੀਂ ਸੀਗੀ ਬੰਬ ਜਰੂਰ ਉਹਦੇ ਕੋਲ ਹੁੰਦੇ ਸੀਗੇ ਜਾਂ ਪਿਸਤਲ ਹੋਊਗਾ ਜੀ ਤੇ ਉਹ ਭੰਡਾਰੀ ਵਾਲੇ ਹਮਲੇ 'ਚ ਸ਼ਾਮਲ ਹੋਇਆ ਸੀਗਾ ਤਲਵੰਡੀ ਵਾਲੇ ਹਮਲੇ 'ਚ ਔਰ ਉਹਨੇ ਮੌਲਵੀ ਨੂੰ ਉਹਨੇ ਮਾਰਿਆ ਸੀ ਕਹਿੰਦੇ ਸਵਰਨੇ ਅੱਛਾ ਅੱਛਾ ਉਹ ਮਾਰਿਆ ਇਦਾਂ ਸਵਰਨੇ ਨੇ ਪੀ ਉਹ ਚਵਾਰੇ 'ਚ ਬੈਠਾ ਉਸ ਵੇਲੇ ਵੀ ਚਵਾਰੇ 'ਚ ਬੈਠਾ ਸੀ ਬੰਦੂਕ ਲੈ ਕੇ ਉਸ ਵੇਲੇ ਫੇ ਉਹਦੀ ਬੰਦੂਕ ਨਾਲ ਕੋਈ ਬੰਦਾ ਮਰਿਆ ਨਹੀਂ ਉਹ ਇਹਨਾਂ ਯੋਜਨਾਬੱਧ ਪ੍ਰੋਗਰਾਮ ਬਣਾਇਆ ਸੀ ਨਾ ਉਹ ਫੇ ਸਵਰਨਾ ਮਤਲਬ ਘੁੰਮ ਕੇ ਮਕਾਨ ਦੇ ਉੱਤੇ ਕਿਸੇ ਪਾਸਿਓਂ ਦੀ ਚੜਿਆ ਚੜ ਕੇ ਜਾ ਕੇ ਉਹਨੇ ਉਹਨੂੰ ਦਰਵਾਜ਼ੇ ਦੇ ਵਿੱਚੋਂ ਮਤਲਬ ਜਾ ਕੇ ਪਿੱਛੋਂ ਦੀ ਹੋ ਕੇ ਤਾਂ ਉਹਨੂੰ ਸਵਰਨਾ ਤਕੜਾ ਸੀਗਾ ਅੱਛਾ ਉਹਨੇ ਕਲਾਵਾ ਭਰ ਕੇ ਚੱਕ ਕੇ ਤਾਂ ਤਾਕੀ ਸਾਨੀ ਸਿਰ ਪਾਨੇ ਮਾਰਿਆ ਏਦਾਂ ਮਾਰਿਆ ਸੀ ਅੱਛਾ ਅੱਛਾ ਉਸ ਪਿੰਡੋਂ ਤਾਂ ਕੁੜੀਆਂ ਵੀ ਬਹੁਤ ਚੱਕੀਆਂ ਦੀਆਂ ਹਾਂਜੀ ਮਤਲਬ ਉਸ ਵੇਲੇ ਜਿਹੜੇ ਸਾਡੇ ਲੋਕ ਹਮਲਾ ਕਰਨ ਵਾਲੇ ਸੀਗੇ ਨਾ ਇਹ ਇਦਾਂ ਦੀਆਂ ਕਨੌਣੀਆਂ ਹਰਕਤਾਂ ਤਾਂ ਕਰਦੇ ਹੀ ਸੀਗੇ ਹੂੰ ਹੂੰ ਠੀਕ ਠੀਕ ਹਾਲ ਤੱਕ ਜੁਨੀਆ ਕੁੜੀਆਂ ਕੁਛ ਉਸ ਫੇਰ ਜੀ ਹਾਂਜੀ ਹਾਂਜੀ ਹਾਂ ਉਹ ਜਿਹੜਾ ਦਾਦ ਜੀ ਨੇ ਸਹਿਆ ਉਹ ਭੁੱਲਦਾ ਥੋੜਾ ਆ ਜੀ ਸ਼ਾਮ 78 ਤੇ ਹਮਲਾ ਨਹੀਂ ਸੀ ਹੋਇਆ ਇੱਕ ਨੰਦਾ ਚੌਰ ਦੇ ਵੀ ਹਮਲਾ ਨਹੀਂ ਸੀ ਹੋਇਆ ਉਹ ਇਸ ਕਰਕੇ ਨਹੀਂ ਸੀ ਹੋਇਆ ਨੰਦਾ ਚੌਰ ਇੱਕ ਵਕੀਲ ਹੁੰਦੇ ਸੀਗੇ ਮੁਸਲਮਾਨ ਮੁਸਲਮਾਨ ਵਕੀਲ ਜੀ ਜੀ ਤੇ ਉਹ ਉਹਨਾਂ ਦੀ ਆਲੇ ਦੁਆਲੇ ਏਰੀਏ 'ਚ ਕਾਫੀ ਬਣੀਓ ਸੀ ਲੋਕ ਉਹਨਾਂ ਨਾਲ ਅਹੀਂ ਕੇਸ ਲੜਦੇ ਸੀ ਇਸ ਕਰਕੇ ਉਹਨਾਂ ਨਾਲ ਕਈਆਂ ਨਾਲ ਦੋਸਤੀ ਬਣੀਓ ਸੀ ਉਹਨਾਂ ਦੀ ਲੋਕ ਸਤਕਾਰ ਵੀ ਕਰਦੇ ਸੀ ਉਹਨਾਂ ਦਾ ਜੀ ਜੀ ਤਾਂ ਉਹਨਾਂ ਦਾ ਭਤੀਜਾ ਇੱਕ ਮਤਲਬ ਇੱਕ ਦਿਨ ਮਤਲਬ ਬੰਦੂਕ ਲੈ ਕੇ ਉਹ ਆਪਣੀ ਕੰਮ ਨਿਕਲਿਆ ਉਹ ਕਹਿੰਦਾ ਗੱਲ ਸੁਣ ਭਤੀਜੇ ਆਪਣੇ ਉਹਨਾਂ ਨੂੰ ਡਾਂਟਿਆ ਕਹਿੰਦਾ ਮੇਰੀ ਇੱਜ਼ਤ ਖਰਾਬ ਨਾ ਕਰੀ ਅੱਛਾ ਤੂੰ ਬਹੁਤ ਮਸਲੇ ਆ ਫਿਰਦਾ ਆ ਸਾਰਾ ਲਾਕ ਮੇਰੀ ਮੇਰਾ ਸਤਿਕਾਰ ਕਰਦਾ ਮੇਰੀ ਇੱਜ਼ਤ ਕਰਦਾ ਆ ਤਾਂ ਜੇ ਤੈ ਹਾਂ ਨਾ ਕਾ ਹਾਕਮ ਕੀਤਾ ਮੈਂ ਤੇਰੇ ਵਿਰੁੱਧ ਖੜਾ ਹੋ ਜਾਊਂਗਾ ਅੱਛਾ ਤਫੀਲ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਅੱਛਾ ਤੇ ਉਹ ਫੇਰ ਰੁਕ ਗਿਆ ਤੇ ਇਹਨਾਂ ਆਇਆ ਵੀ ਉਹ ਰੁਕ ਗਿਆ ਉਹਨਾਂ ਨੇ ਕਹੇ ਤੇ ਫੇਰ ਹਮਲਾ ਕਰਨ ਲਈ ਟੁਰੀ ਆਣੀ ਫਿਰ ਨਹੀਂ ਤਾਂ ਉਹ ਇਹ ਯੋਜਨਾ ਸੀ ਵੀ ਮੈਂ ਬੰਦੇ ਨਾਲ ਲੈ ਕੇ ਜਗਾ ਗਨ ਲੈ ਕੇ ਹਮਲਾ ਕਰਾਂ ਮੈਂ ਵੀ ਅੱਛਾ ਜਿਹੜਾ ਮੁਸਲਮਾਨ ਸੀ ਉਹ ਚਾਹੁੰਦਾ ਸੀ ਹਾਂ ਮਕੀਲ ਵੀ ਮੁਸਲਮਾਨ ਹੀ ਸੀ ਉਹਦਾ ਪਟੀਜਾ ਸੀਗਾ ਉਹਦਾ ਜੀ 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 ਇਕਬਾਲ ਮੁਹੰਮਦ ਉਹਨਾਂ ਦਾ ਨਾਮ ਸੀ ਵਜੀਦ ਦਾ ਮਕੀਲ ਸਾਹਿਬ ਦਾ ਜੀ 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 ਚਲੋ ਜੀ ਇਹ ਦਰਦਨਾਕ ਕਾਂਡ ਸੀਗਾ ਪੰਜਾਬ ਦੇ ਇਤਿਹਾਸ ਦਾ ਜਿਹਦੇ ਬਾਰੇ ਅੱਜ ਤੁਹਾਡੇ ਨਾਲ ਗੱਲਾਂ ਕੀਤੀਆਂ ਜੀ ਤੁਸੀਂ ਸਮਾਂ ਦਿੱਤਾ ਅੰਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਦਰਦਨਾਕ ਥੋੜਾ ਨਹੀਂ ਜੀ ਇਹ ਤਾਂ ਅਤਿ ਦਰਦਨਾਕ ਇਹਨੂੰ ਅਸੀਂ ਇਹ ਨਾਲ ਅਤਿ ਸ਼ਬਦਾਂ ਨੂੰ ਜੋੜਨਾ ਪੈਣਾ ਚਾਹੀਦਾ ਪੈਂਦਾ ਹੈ ਜੋੜਨਾ ਜੀ ਜੀ ਤੇ ਉਹ ਉਹ ਜਿਹੜਾ ਦੌਰ ਆ ਇਦਾਂ ਦਾ ਦੌਰ ਕਦੇ ਕਿਤੇ ਕਿਸੇ ਦੇਸ਼ 'ਚ ਵੀ ਨਾ ਆਵੇ ਮੈਂ ਤਾਂ ਇਹ ਕਹਿੰਦਾ ਜੀ 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 ਠੀਕ ਆ ਅੰਕਲ ਜੀ ਮਿਹਰਬਾਨੀ ਜੀ ਅੱਛਾ ਜੀ ਧੰਨਵਾਦ ਅੱਪਾ ਜੀ